ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਜੀ। ਇਸ ਮੰਚ ਨੂੰ ਰੋਜ਼ਾਨਾ ਸਜਾਉਂਦੇ ਹਾਂ ਔਰ ਅਹਿਮ ਵਿਸ਼ੇ ਇਸ ਮੰਚ ਦੇ ਉੱਤੇ ਅਸੀਂ ਲੈ ਕੇ ਆਉਂਦੇ ਹਾਂ। ਸਭ ਤੋਂ ਜ਼ਰੂਰੀ ਬਣਦਾ ਕਿ ਜਦ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਔਰ ਆਪਣੇ ਵਿਚਾਰ ਸਾਡੇ ਨਾਲ ਰੱਖਦੇ ਹੋ ਔਰ ਆਪਣੇ ਪ੍ਰਤੀਕਰਮ ਤਰਕ ਸਾਡੇ ਨਾਲ ਇਸ ਮੰਚ ਦੇ ਉੱਤੇ ਸਾਂਝੇ ਕਰਦੇ ਹੋ। ਜਿਹੜਾ ਇਸ਼ੂ ਅੱਜ ਅਸੀਂ ਲੈ ਕੇ ਆਏ ਹਾਂ, ਉਸ ਇਸ਼ੂ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਲੇਕਿਨ ਜ਼ਰੂਰੀ ਬਣ ਜਾਂਦਾ ਕਿ ਜਦ ਉਹਨਾਂ ਸਾਰੀ ਖਬਰਾਂ ਦੇ ਉੱਤੇ ਕੁਝ ਨਾ ਕੁਝ ਸਾਨੂੰ ਅਪਡੇਟ ਮਿਲਦੇ ਹਨ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ ਕਈ ਸਾਰੀਆਂ ਰਿਵਾਇਤੀ ਪਾਰਟੀਆਂ ਜਦ ਹੋਂਦ ਦੇ ਵਿੱਚ ਆਈਆਂ ਅਤੇ ਕਈਆਂ ਨੂੰ ਢੇਰ ਸਾਰਾ ਪਿਆਰ ਮਿਲਿਆ, ਢੇਰ ਸਾਰਾ ਹੁੰਗਾਰਾ ਮਿਲਿਆ ਔਰ ਉਹਨਾਂ ਦੇ ਵਿੱਚ ਕਈ ਪਾਰਟੀਆਂ ਜਿਹੜੀਆਂ ਉਹ ਪਹਿਲੇ ਸਥਾਨ 'ਤੇ ਪਹੁੰਚ ਕੇ ਉਹਨਾਂ ਨੇ ਆਪਣੀ ਸਰਕਾਰ ਵੀ ਬਣਾਈ ਔਰ ਉਸੀ ਪਾਰਟੀ ਦਾ ਮੁੱਖ ਮੰਤਰੀ ਵੀ ਬਣਿਆ। ਅਗਰ ਮੈਂ ਦੋ ਰਿਵਾਇਤੀ ਪਾਰਟੀਆਂ ਦੀ ਗੱਲ ਕਰਾਂ ਜਿਹਦੇ ਵਿੱਚ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਆਪਣਾ ਸਥਾਨ ਬਣਾਉਂਦੀਆਂ ਹਨ, ਅਤੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਈ ਸਾਰੀ ਖਬਰਾਂ ਵੱਖ ਵੱਖ ਮੰਚਾਂ ਦੇ ਉੱਤੇ ਅਸੀਂ ਸੁਣ ਰਹੇ ਹਾਂ, ਭਾਵੇਂ ਉਹ ਖਬਰ ਅਸੀਂ ਪੰਜਾਬ ਦੇ ਵਿੱਚ ਸੁਣਦੇ ਹਾਂ, ਭਾਵੇਂ ਅਸੀਂ ਅੱਜ ਜਿੱਥੇ ਵੀ ਚਲੇ ਜਾਈਏ ਵਿਸ਼ ਪੱਧਰ 'ਤੇ, ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਨਾਲ ਆਪਣੀ ਉਸ ਹੋਂਦ ਨੂੰ ਬਚਾਉਣ ਦੇ ਲਈ ਵੱਖ ਵੱਖ ਤਜਵੀਜ਼ ਜਿਹੜੀ ਹੈ ਰੱਖਣ ਦੇ ਵਿੱਚ ਉਹ ਸਮਝਦੀ ਹੈ ਕਿ ਉਹ ਕਾਮਯਾਬ ਹੋ ਰਹੀ ਹੈ, ਲੇਕਿਨ ਕਿਵੇਂ ਹੀ ਉਹਨਾਂ ਦੇ ਹੀ ਨਾਲ ਦੇ ਰਿਸ਼ਤੇਦਾਰ, ਨਾਲ ਦੇ ਮਿੱਤਰ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਉਸ ਪਰਿਵਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਅੱਜ ਉਹੀ ਉਹਨਾਂ ਦਾ ਸਾਥ ਨਹੀਂ ਦੇ ਰਹੇ। ਗੱਲ ਦਿੱਲੀ ਤੋਂ ਵੀ ਸਾਹਮਣੇ ਆਈ ਸੀਗੀ, ਜਿੱਥੇ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਮਨਜਿੰਦਰ ਸਿੰਘ ਸਿਰਸਾ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਸਾਰੇ ਜਿਹੜੇ ਫੈਸਲੇ ਨੇ ਉਹ ਕੀਤੇ ਜਾਂਦੇ ਨੇ। ਫੈਸਲੇ ਦੇ ਵਿੱਚ ਕਈ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਂਦੀਆਂ ਹਨ, ਪਰ ਉਸ ਫੈਸਲੇ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਲਿੱਤਾ ਜਾਂਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰੀਕੇ ਨਾਲ ਕਾਰਜਕਾਲ ਕਰ ਰਹੀ ਹੈ। ਕਈ ਵਾਰੀ ਪ੍ਰੈਸ ਕਾਨਫਰੰਸ ਕਰ ਚੁੱਕੇ ਹਨ, ਲੇਕਿਨ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜੇਗੀ। ਦਿੱਲੀ ਦੇ ਵਿੱਚ ਇਸ ਗੱਲ ਦਾ ਐਲਾਨ ਹੁੰਦਾ ਅਤੇ ਬੀਜੇਪੀ ਦੇ ਹੀ ਕਈ ਸਾਰੇ ਮਿਨਿਸਟਰਸ ਔਰ ਬੀਜੇਪੀ ਦੇ ਹੀ ਸਿੱਖ ਆਗੂ ਕਹਿੰਦੇ ਹਨ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੀ ਨਹੀਂ ਹੈ। ਜਿੱਥੇ ਪੰਜਾਬ ਦੇ ਵਿੱਚ ਬੈਕਫੁੱਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਗਈ ਹੈ ਔਰ ਹੇਠਲੇ ਪੱਧਰ 'ਤੇ ਜਾ ਕੇ ਗਿਰੀ ਹੈ, ਅਤੇ ਉਵੇਂ ਹੀ ਦਿੱਲੀ ਦੇ ਵਿੱਚ ਕੀ ਕੁਝ ਮਜਬੂਰੀਆਂ ਰਹੀਆਂ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨ ਦੇ ਲਈ ਮਨ੍ਹਾ ਕਰ ਦਿੱਤਾ। ਅਸੀਂ ਇਸ ਮੰਚ ਨੂੰ ਸਜਾਇਆ ਸੀ, ਉਸ ਵਿਸ਼ੇ ਨੂੰ ਅਸੀਂ ਲੈ ਕੇ ਆਏ ਸੀਗੇ, ਲੇਕਿਨ ਹਾਲ ਫਿਲਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜੁਦਾ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਅਤੇ ਨਾਲ ਹੀ ਜੇਕਰ ਮੈਂ ਇਹਨੂੰ ਚੈਨਲਾਈਜ਼ ਦਿੱਲੀ ਦੇ ਨਾਲ ਕਰਾਂ ਤਾਂ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੀਗੇ ਜਦ DSGMC ਦੇ ਵਿੱਚ ਉਹਨਾਂ ਨੇ ਕਾਰਜਕਾਲ ਆਪਣਾ ਸਾਂਭਿਆ ਸੀਗਾ। ਬਕਾਇਦਾ ਸੁਖਦੇਵ ਸਿੰਘ ਢੀਂਡਸਾ ਮੀਟਿੰਗ ਕਰਦੇ ਹਨ ਲੁਧਿਆਣੇ ਦੇ ਵਿੱਚ, ਮਨਜੀਤ ਸਿੰਘ ਜੀਕੇ ਉੱਥੇ ਸ਼ਮੂਲੀਅਤ ਕਰਦੇ ਹਨ, ਰੋਡ ਮੈਪ ਤਿਆਰ ਕੀਤਾ ਜਾਂਦਾ। ਲੇਕਿਨ ਜੇ ਅਗਰ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜ ਰਹੀ, ਜੇਕਰ ਉਹਨਾਂ ਦਾ ਭਾਈਵਾਲ BJP ਦੇ ਨਾਲ ਨਹੀਂ ਹੈਗਾ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੈ, ਉਹ ਕਿਹਦੇ ਨਾਲ ਖੜੀ ਹੈ ਔਰ ਕਿਹਨੂੰ ਵੋਟ ਦੇਵੇਗੀ, ਇਹ ਇੱਕ ਵੱਡਾ ਸਵਾਲ ਬਣਦਾ। ਔਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਜਿੰਨੇ ਵੀ ਲੀਡਰ ਹਨ, ਉਹਨਾਂ ਦੇ ਵਿੱਚ ਨਾਮ ਮਨਜੀਤ ਸਿੰਘ ਜੀਕੇ, ਅਵਤਾਰ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ ਜੋ ਕਿ ਪਟਨਾ ਸਾਹਿਬ ਦੇ ਬੋਰਡ ਮੈਂਬਰ ਦੇ ਵੀ ਮੈਨੇਜਮੈਂਟ ਹਨ, ਉਹਨਾਂ ਨੂੰ ਵੀ ਅੱਜ ਇਸ ਮੰਚ ਦੇ ਉੱਤੇ ਅਸੀਂ ਲੈ ਕੇ ਆਵਾਂਗੇ। ਸਵਾਲ ਇਹ ਬਣਦਾ ਕਿ ਠੀਕ ਹੈ, ਤੁਸੀਂ ਹੁਣ ਸਪੋਰਟ BJP ਨੂੰ ਨਹੀਂ ਕਰ ਰਹੇ, ਲੇਕਿਨ ਅੰਦਰ ਖਾਤੇ ਤੋਂ ਗੱਲ ਇਹ ਵੀ ਸਮਝ ਆ ਰਹੀ ਹੈ ਕਿ ਪ੍ਰੈਸ ਕਾਨਫਰੰਸ ਤਾਂ ਕਰਤੀ ਮੀਡੀਆ ਦੇ ਸਾਹਮਣੇ, ਲੇਕਿਨ ਅੰਦਰ ਖਾਤੇ ਚੁੱਪਚਾਪ ਸਪੋਰਟ BJP ਨੂੰ ਹੀ ਕਰਨੀ ਹੈ। BJP ਨੇ ਦੋ ਸਿੱਖ ਆਗੂਆਂ ਨੂੰ ਟਿਕਟ ਦਿੱਤੀ ਹੈ, ਇੱਕ ਤਾਂ ਰਾਜਿੰਦਰ ਨਗਰ ਤੋਂ RP ਸਿੰਘ ਔਰ ਹਰੀਨਗਰ ਤੋਂ ਤਜਿੰਦਰ ਬੱਗਾ। ਇਹ ਦੋਵੇਂ ਉਹ BJP ਦੇ ਸਿੱਖ ਆਗੂ ਹਨ ਜੋ ਕਿ 7 ਰੇਸ ਕੋਰਸ ਰੋਡ ਦੇ ਉੱਤੇ ਔਰ BJP ਦੇ ਦਫ਼ਤਰ ਦੇ ਵਿੱਚ
ਹਮੇਸ਼ਾ ਤੁਹਾਨੂੰ ਨਜ਼ਰ ਆਉਣਗੇ। ਔਰ ਜਦ ਵੀ ਇਹਨਾਂ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਸਿੱਖ ਰਿਕਗਨੀਸ਼ਨ ਦੇ ਲਈ ਜਾਂ ਫਿਰ ਸਿੱਖਾਂ ਦੀ ਪਹਿਚਾਣ ਦੇ ਲਈ ਜਾਂ ਫਿਰ ਸਿੱਖ ਇਸ਼ੂਜ਼ ਦੇ ਲਈ ਤੁਸੀਂ ਇੰਡੀਆ ਦੇ ਵਿੱਚ ਕੰਮ ਕੀ ਕੀਤਾ, ਤਾਂ ਉਹਨਾਂ ਦੇ ਜਿਹੜੇ ਜਵਾਬ ਹੁੰਦੇ ਹਨ ਉਹਨਾਂ ਦੇ ਹੀ ਜ਼ੁਬਾਨੀ ਵੀ ਅੱਜ ਅਸੀਂ ਸੁਣਾਂਗੇ, ਕਿਉਂਕਿ ਮੈਂ ਉਹਨਾਂ ਨੂੰ ਵੀ ਅੱਜ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ। ਸਵਾਲ ਵੱਡਾ ਇੱਥੇ ਇਹ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਲਗਾਤਾਰ ਪੰਜਾਬ ਤੋਂ ਹੁੰਦਾ ਹੋਇਆ ਹਰਿਆਣਾ ਪਹੁੰਚਦਾ, ਜਿੱਥੇ ਉਹਨਾਂ ਨੂੰ ਭਾਈਵਾਲ ਤੋੜਨਾ ਪੈਂਦਾ ਬੀਜੇਪੀ ਨੂੰ, ਫਿਰ ਬੀਜੇਪੀ ਉਹੀ ਅੱਖ ਉਹਨਾਂ ਨੂੰ ਦਿੱਲੀ ਦੇ ਵਿੱਚ ਦਿਖਾਉਂਦੀ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਭਾਈਵਾਲ ਤੋੜਦਾ। ਪਰ ਇਹਨਾਂ ਸਾਰੇ ਕੜੀ ਦੇ ਵਿੱਚ ਤੁਸੀਂ ਇੱਕ ਗੱਲ ਵੇਖੋ, ਨਾ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਮਣੇ ਆਏ, ਨਾ ਕੇਂਦਰ ਦੇ ਵਿੱਚ ਵਜ਼ਾਰਤ ਸੰਭਾਲ ਰਹੇ ਬੀਬੀ ਹਰਸਿਮਰਤ ਕੌਰ ਬਾਦਲ ਸਾਹਮਣੇ ਆਏ। ਇਹ ਕਿਸ ਤਰੀਕੇ ਦੀ ਪੋਲੀਟਿਕਸ ਜਿਹੜੀ ਹੈ ਖੇਡੀ ਜਾ ਰਹੀ ਹੈ। ਮੈਂ ਕਹਿੰਦਾ ਕਿ ਚਲੋ ਇਹਨਾਂ ਦਾ ਭਾਈਵਾਲ ਅਗਰ ਪੰਜਾਬ ਦੇ ਵਿੱਚ ਵੀ ਖਤਮ ਹੋ ਜਾਂਦਾ ਹੈ, ਜਿਹੜੀ ਪਾਰਟੀ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਾਉਂਦੀ ਹੈ, ਜਿਨ੍ਹਾਂ ਦਾ ਵਜੂਦ ਅੱਜ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਖਤਮ ਹੋ ਚੁੱਕਿਆ ਹੈ, ਅਤੇ ਕਿਉਂ ਨਹੀਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣਾ ਸਟੈਂਡ ਕਲੀਅਰ ਕਰਕੇ ਪੰਜਾਬ ਦੇ ਵਿੱਚ ਵੀ ਆਪਣਾ ਭਾਈਵਾਲ ਤੋੜਦੀ ਹੈ, ਔਰ ਸਿੱਖ ਇਸ਼ੂਜ਼ ਦੇ ਉੱਤੇ ਕਿਉਂ ਨਹੀਂ ਮੋਹਰ ਲਗਾਉਂਦੀ। ਔਰ ਸਭ ਤੋਂ ਵੱਡੇ ਅਗਰ ਮਸਲੇ ਹਨ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਅੱਜ ਵੀ ਉਜਾਗਰ ਹੁੰਦੇ ਹਨ, ਔਰ ਕਈ ਸਾਰੇ ਅਹਿਮ ਇਹਨਾਂ ਵਿਸ਼ਿਆਂ ਦੇ ਉੱਤੇ ਕਦੀ ਵੀ ਸਟੈਂਡ ਕਿਸੇ ਵੀ ਪਾਰਟੀ ਦਾ, ਮੈਂ ਕਹਾਂਗਾ ਭਾਵੇਂ ਉਹ ਕਾਂਗਰਸ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਿਸੇ ਦਾ ਕਲੀਅਰ ਨਹੀਂ ਹੋਇਆ। ਹਰ ਕਿਸੇ ਨੇ ਸਿਰਫ ਸਿਆਸੀ ਰੋਟੀਆਂ ਸੇਕੀਆਂ, ਇੱਕ ਦੂਜੇ ਦੇ ਉੱਤੇ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਜ਼ਰੂਰ ਵੇਖਣ ਨੂੰ ਮਿਲੀ, ਤੰਜ ਵੀ ਕੱਸੇ ਗਏ, ਪਰ ਕਿਸੇ ਵੀ ਸਿਆਸੀ ਆਗੂ ਨੇ ਇਹ ਨਹੀਂ ਸੋਚਿਆ ਕਿ ਜਿਸ ਗੁਰੂ ਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ ਉਹਨੂੰ ਲੈ ਕੇ ਵੀ ਅਸੀਂ ਆਪਣਾ ਸਟੈਂਡ ਕਲੀਅਰ ਕਰੀਏ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਹੋਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣ, ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੋਣ, ਭਾਵੇਂ ਉਹ ਚੀਮਾ ਹੋਣ ਜੋ ਕਿ ਪ੍ਰਧਾਨ ਹਨ, ਭਾਵੇਂ ਭਗਵੰਤ ਮਾਨ ਹੋਣ MP ਹਨ, ਕਿਸੇ ਦਾ ਵੀ ਕੋਈ ਸਟੈਂਡ ਕਲੀਅਰ ਨਹੀਂ ਹੋਇਆ। ਸਾਰੇ ਸਿਆਸੀ ਰੋਟੀਆਂ ਸੇਕਣ ਦੇ ਵਿੱਚ ਕਾਮਯਾਬ ਹੋਏ, ਕਿਸੇ ਨੇ ਨਹੀਂ ਕਿਹਾ ਕਿ ਮੇਰੇ ਗੁਰੂ ਦੇ ਉੱਤੇ ਹਮਲਾ ਕੀਤਾ ਗਿਆ, ਮੇਰੇ ਗੁਰੂ ਨੂੰ ਰੋਡ ਦੇ ਉੱਤੇ ਖਿਲਾਰ ਦਿੱਤਾ ਗਿਆ, ਮੈਂ ਆਪਣੇ ਗੁਰੂ ਨੂੰ ਪਹਿਲਾਂ ਬਚਾਉਣਾ, ਮੈਂ ਪੰਜਾਬ ਉਸ ਤੋਂ ਬਾਅਦ ਬਚਾਵਾਂਗਾ, ਪਹਿਲਾਂ ਮੇਰਾ ਗੁਰੂ ਹੈ, ਜਿਸ ਗੁਰੂ ਨੇ ਮੇਰੇ ਪੰਜਾਬ ਨੂੰ ਬਣਾਇਆ ਮੈਂ ਉਸ ਹੀ ਗੁਰੂ ਨੂੰ ਨਹੀਂ ਬਚਾ ਸਕਿਆ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਕਈ ਸਾਰੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਵੀ ਉੱਤੇ ਲੱਗੇ, ਲੇਕਿਨ ਅੱਜ ਕਿਸ ਗੱਲ ਦਾ ਖਾਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ, ਔਰ ਕਿਵੇਂ ਉਹਨਾਂ ਦਾ ਇਹ ਲਿਟਮਸ ਟੈਸਟ ਹੁਣ ਪੰਜਾਬ ਦੇ ਵਿੱਚ ਵੀ ਇੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ। ਖੈਰ, ਮੈਂ ਮੁੜ ਤੋਂ ਵਾਪਸ ਦਿੱਲੀ ਆਵਾਂਗਾ, ਜਿੱਥੇ ਅਕਾਲੀ ਦਲ ਹੁਣ ਚੋਣ ਮੈਦਾਨ ਦੇ ਵਿੱਚ ਨਹੀਂ ਹੈ। 8 ਸੀਟਾਂ ਦੀ ਉਹਨਾਂ ਨੇ ਬਕਾਇਦਾ ਮੰਗ ਕੀਤੀ ਸੀਗੀ, ਇਹ ਵੀ ਖਬਰ ਸਾਹਮਣੇ ਆਈ ਸੀਗੀ, ਲੇਕਿਨ ਬੀਜੇਪੀ ਨੇ ਉਹਨਾਂ ਨੇ ਅੱਖ ਦਿਖਾਈ। ਬੀਜੇਪੀ ਨੇ ਕਿਹਾ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ, ਅਸੀਂ ਆਪਣੇ ਬਲਬੂਤੇ 'ਤੇ ਲੜ ਲਾਂਗੇ। ਜਿੱਥੇ ਅੱਜ ਬੀਜੇਪੀ ਦਿੱਲੀ ਦੇ ਵਿੱਚ ਅੱਖ ਦਿਖਾ ਸਕਦੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨੇ ਵੀ ਟਕਸਾਲੀ ਆਗੂ ਹਨ ਉਹ ਇਕੱਠੇ ਹੋ ਕੇ 2022 ਦੇ ਵਿੱਚ ਬੀਜੇਪੀ ਦੇ ਨਾਲ ਭਾਈਵਾਲ ਕਰਕੇ ਚੋਣ ਲੜ ਸਕਦੇ ਹਨ। ਇਹ ਸਿਆਸੀ ਪੰਡਤਾਂ ਵੱਲੋਂ ਖਬਰ ਸਾਹਮਣੇ ਆਈ ਸੀਗੀ। ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰੇਗੀ ਔਰ ਕੀ ਹੋਣਗੇ ਉਹਨਾਂ ਦੇ ਇਸ਼ੂ? ਦਿੱਲੀ ਦੇ ਵਿੱਚ ਕਿਹਨੂੰ ਕਰ ਰਹੀ ਹੈ ਸਪੋਰਟ ਔਰ ਦਿੱਲੀ ਦੇ ਕੀ ਹਨ ਵਿਧਾਨ ਸਭਾ ਚੋਣਾਂ ਦੇ ਇਸ਼ੂ? ਇਹਨਾਂ ਸਾਰੀ ਗੱਲਾਂ ਦੇ ਉੱਤੇ ਅਸੀਂ ਗੱਲ ਕਰਾਂਗੇ, ਲੇਕਿਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਲੁਧਿਆਣੇ ਵਿਖੇ। ਕੀ ਕੁਝ ਉੱਥੇ ਵੇਖਣ ਨੂੰ ਮਿਲਿਆ, ਪਹਿਲਾਂ ਆਪਾਂ ਉਸ ਮੁਤਲਕ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਤੀਕਰਮ ਉਹਨਾਂ ਵੱਲੋਂ ਆਏ ਇੱਕ ਵਾਰੀ ਉਹਨਾਂ ਨੂੰ ਸੁਣ ਲੈਂਦੇ ਹਾਂ। ਦਿੰਦੀ ਹੈ ਤੇ ਸੁਖਬੀਰ ਨੇ ਨਹੀਂ ਅਸਤੀਫਾ ਦਿੱਤਾ, ਅਸੀਂ ਬਦਲਾਵ ਚਾਹੁੰਦੇ ਵੀ ਜਿਹੜੇ ਜਿਸ ਮਕਸਦ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਡੈਮੋਕ੍ਰੈਟਿਕ ਢੰਗ ਨਾਲ ਚੱਲੇ ਤੇ ਕਿਤੇ ਕਿਸੇ ਦੀ ਉੱਥੇ ਸਹੀ ਨਹੀਂ ਹੈ। ਤੁਸੀਂ ਅੱਜ ਤੋਂ ਪਹਿਲਾਂ ਕਿਉਂ ਨਹੀਂ ਸਾਹਮਣੇ ਆਏ
ਨਾ ਮੈਂ ਪਹਿਲਾਂ ਸਾਹਮਣੇ ਆਇਆ, ਜਦੋਂ ਦਾ ਸੁਖਬੀਰ ਆਇਆ ਉਦਣ ਨਹੀਂ ਹੋਈ, ਪਹਿਲੇ ਵੱਡੇ ਬਾਦ ਨਾਲ ਤਾਂ ਕੋਈ ਕਿਸੇ ਦਾ ਕੋਈ ਨਹੀਂ ਸੀਗਾ। ਜਿੱਦਣ ਦਾ ਸੁਖਬੀਰ ਆਇਆ ਸਾਡੀ ਅੰਦਰ ਉਦਣ ਦੀ ਚੱਲਦੀ ਆ ਰਹੀ ਹੈ। ਉਹ ਤੇ ਹੱਕ 'ਚ ਵੋਟਾਂ ਨਹੀਂ ਪਾਉਂਦੀ, ਵਾਕਆਊਟ ਕਰਦੀ ਹੈ, ਤਾਂ ਵੀ ਦਿੱਲੀ 2 ਸੀਟਾਂ ਬੀਜੇਪੀ ਦੇ ਦਿੰਦੀ ਹੈ। ਬੀਜੇਪੀ ਨੂੰ ਸਮਝ ਆ ਚੁੱਕੀ ਹੈ ਕਿ ਇਸ ਪਰਿਵਾਰ ਦੇ ਕੋਲ ਸਿੱਖਾਂ ਦੀ ਵੋਟਾਂ ਹੈ ਨਹੀਂ ਗੀਆਂ, ਇਸ ਕਰਕੇ ਉਹਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਔਰ ਅੱਜ ਇਹਨਾਂ ਨੇ ਫਿਰ ਫੈਸਲਾ ਕੀਤਾ ਸੀਗਾ ਕਿ ਅਸੀਂ ਇਲੈਕਸ਼ਨ ਲੜਾਂਗੇ ਤੱਕੜੀ ਤੇ ਦਿੱਲੀ ਦੇ ਵਿੱਚ 8 ਸੀਟਾਂ ਤੇ। ਇਹਨਾਂ ਦੇ ਵੱਡੇ ਵੱਡੇ ਧੁਰੰਦਰ ਭਾਵੇਂ ਉਹ ਸਰਸਾ ਸਾਹਿਬ ਹੋਣ, ਭਾਵੇਂ ਕਾਲਕਾ ਜੀ ਹੋਣ, ਪ੍ਰਧਾਨ ਹੋਏ ਅਕਾਲੀ ਦਲ ਦਾ, ਉਹ ਭੱਜ ਗਏ ਇਲੈਕਸ਼ਨ ਲੜਨ ਤੋਂ। ਕਿਉਂ ਨਹੀਂ ਇਲੈਕਸ਼ਨ ਲੜਦੇ ਬੀਜੇਪੀ ਦੇ? ਤੁਹਾਨੂੰ ਕੀ ਲੱਗਦਾ ਵੀ ਸੀਏ ਦੀ ਸਿਰਫ ਆੜ ਲਈ ਜਾ ਰਹੀ ਹੈ? ਆੜ ਲਈ ਜਾ ਰਹੀ ਹੈ ਇਹਨਾਂ ਦੀ, ਕਹਿੰਦੇ ਕਿ ਬੜੇ ਬੇਆਬਰੂ ਹੋ ਕੇ ਤੇਰੇ ਕੁ। ਤੇ ਤੁਸੀਂ ਵੇਖੀ ਇਸ ਕਮੈਂਟਸ ਦੇ ਵਿੱਚ ਕਿਵੇਂ ਸੁਖਦੇਵ ਸਿੰਘ ਢੀਂਡਸਾ ਤੇ ਮਨਜੀਤ ਸਿੰਘ ਜੀ ਕੇ ਬੋਲਦੇ ਹੋਏ ਨਜ਼ਰ ਆਏ, ਕੀ ਸਟੈਂਡ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ? ਇਸ ਬ੍ਰੇਕ ਤੋਂ ਬਾਅਦ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਵਤਾਰ ਸਿੰਘ ਹਿੱਤ ਹੋਰਾਂ ਨੂੰ ਇਸ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀ, ਅਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਗੱਲ ਕਰ ਰਹੇ ਕਿ ਉਹਨਾਂ ਦਾ ਸਟੈਂਡ ਕੀ ਹੋਏਗਾ, ਕੀ ਕੁਝ ਕਾਰਨ ਬਣ ਗਏ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦੀ ਹੈ ਔਰ ਆਪਣੀ ਭਾਈਵਾਲ ਜਿਹੜੀ ਹੈ ਉਹ ਬੀਜੇਪੀ ਦੇ ਨਾਲ ਜਿਹੜਾ ਨਾਤਾ ਹੈਗਾ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਬਕਾਇਦਾ ਤੌਰ 'ਤੇ ਤੋੜਦੀ ਹੈ? ਰਾਜਿੰਦਰ ਨਗਰ ਤੋਂ ਚੋਣ ਮੈਦਾਨ ਦੇ ਵਿੱਚ ਬੀਜੇਪੀ ਦੀ ਤਰਫੋਂ ਟਿਕਟ ਮਿਲੀ ਹੈ ਆਰਪੀ ਸਿੰਘ ਨੂੰ, ਔਰ ਇਹ ਨੈਸ਼ਨਲ ਸਪੋਕਸਮੈਨ ਵੀ ਰਹਿ ਚੁੱਕੇ ਹਨ, ਬੁਲਾਰੇ ਵੀ ਰਹਿ ਚੁੱਕੇ ਹਨ ਬੀਜੇਪੀ ਦੇ, ਅਤੇ ਉਹਨਾਂ ਦਾ ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਆਰਪੀ ਜੀ, ਕੀ ਕੁਝ ਮਾਹੌਲ ਬਣਿਆ ਹੋਇਆ ਚੋਣਾਂ ਦੇ ਵਿੱਚ ਔਰ ਕੀ ਕੁਝ ਤਿਆਰੀ ਤੁਸੀਂ ਖਿੱਚੀ ਹੋਈ ਹੈ? ਪਹਿਲੀ ਗੱਲ ਤਾਂ ਮੈਂ ਹਾਲੇ ਵੀ ਨੈਸ਼ਨਲ ਸਪੋਕਸਪਰਸਨ ਹੈਗਾ, ਪਲੱਸ ਮੈਂ ਪਾਰਟੀ ਦਾ ਨੈਸ਼ਨਲ ਸੈਕਟਰੀ ਵੀ ਹਾਂ ਐਕਚੁਅਲੀ ਵੀ। ਵੈਰੀ ਨਾਈਸ, ਇਸੇ ਕੀ ਕੁਝ ਹੁਣ ਤੁਸੀਂ ਜਿਹੜੀ ਮੇਨ ਭੂਮਿਕਾ ਨਿਭਾ ਰਹੇ ਹੋ ਰਾਜਿੰਦਰ ਨਗਰ ਤੋਂ, ਤੁਹਾਨੂੰ ਟਿਕਟ ਮਿਲੀ ਹੈ, ਅਤੇ ਕੀ ਕੁਝ ਜ਼ਿੰਮੇਵਾਰੀਆਂ ਤੁਹਾਨੂੰ ਲੱਗਦਾ ਕਿ ਹੈਗੀਆਂ, ਔਰ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਸਵਾਲ ਲਵਾਂਗਾ। ਦੇਖੋ ਇਹ ਚੋਣ ਹੈ, ਚੋਣ ਇੱਕ ਰਣ ਹੁੰਦੀ ਹੈ, ਰਣ ਵਿੱਚ ਬਰਾਬਰ ਇੱਕ ਦੂਜੇ ਨਾਲ ਹੁਣ ਤੀਰ ਤੇ ਨਹੀਂ ਚੱਲਦੇ, ਬੰਦੂਕਾਂ ਵੀ ਚੱਲਦੀਆਂ, ਹੁਣ ਵਾਕ ਚੱਲਦੇ ਨੇ ਜੀ। ਕਿਹੜਾ ਆਦਮੀ ਕਿਹੜਾ ਵਾਕ ਕਹੇਗਾ ਜੀ, ਕਿੱਦਾਂ ਗੱਲ ਕਹੇਗਾ, ਕਿਹੜੀ ਆਪਣੀ ਗੱਲ ਕਿੰਨੀ ਸਮਝਾ ਪਾਏਗਾ ਜੀ, ਰਣ ਇਸ ਗੱਲ ਦੀ ਹੈ ਜੀ। ਸੋ ਰਣ ਚ ਔਰ ਪੱਕਾ ਸੁਨਿਸ਼ਚਿਤ ਅਸੀਂ ਜਿੱਤਣ ਦੇ ਵੱਲ ਅਗ੍ਰਸਰ ਹੈਗੀਆਂ ਰਣ ਚ, ਕਿਉਂਕਿ ਆਮ ਆਦਮੀ ਪਾਰਟੀ ਪਿਛਲੇ 5 ਸਾਲਾਂ 'ਚ ਦਿੱਲੀ 'ਚ ਹੈਗੀ ਸੀ ਜੀ, ਔਰ 5 ਸਾਲਾਂ 'ਚ ਚੱਲੇ ਜ਼ਮੀਨ 'ਤੇ ਕੰਮ ਨਹੀਂ ਕਰ ਸਕੀ, ਲੋਕਾਂ ਨੂੰ ਜੋ ਉਹਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕਰ ਪਾਏ, ਇਸ ਕਰਕੇ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਤੋਂ ਹਟ ਕੇ, ਔਰ ਜਿਹੜੇ ਪਿਛਲੇ 6 ਸਾਲਾਂ 'ਚ ਮੋਦੀ ਜੀ ਨੇ ਕੰਮ ਕੀਤੇ ਨੇ ਉਹਦੇ ਕਰਕੇ ਲੋਕਾਂ ਦਾ ਰੁਝਾਨ ਬੀਜੇਪੀ ਵੱਲ ਹੈ ਐਤਕੀ, ਔਰ ਖਾਸ ਕਰਕੇ ਪਿਛਲੇ 6 ਮਹੀਨੇ ਜਿਹੜੇ ਕੰਮ ਕੀਤੇ ਨੇ ਖਾਸ ਕਰਕੇ ਉਹਦੇ ਕਰਕੇ ਲੋਕਾਂ ਦਾ ਰੁਝਾਨ ਹੁਣ ਬੀਜੇਪੀ ਔਰ ਮੋਦੀ ਵੱਲ ਹੈਗਾ। ਆਰਪੀ ਜੀ, ਸ਼੍ਰੋਮਣੀ ਅਕਾਲੀ ਦਲ ਨਾਲ ਕੀ ਗੱਲਬਾਤ ਹੋਗੀ, ਕਿਉਂ ਉਹ ਤੁਹਾਡੇ ਨਾਲ ਨਾਤਾ ਤੋੜ ਗਏ ਔਰ ਚੋਣ ਮੈਦਾਨ ਦੇ ਵਿੱਚ ਤੁਹਾਡਾ ਸਾਥ ਨਹੀਂ ਨਿਭਾ ਰਹੇ? ਨਹੀਂ, ਚੋਣ ਮੈਦਾਨ ਵਿੱਚ 7 ਸਾਲਾਂ ਦੇ ਰਹੇ ਨੇ ਜੀ, ਚੋਣ ਮੈਦਾਨ ਵਿੱਚ 7 ਸਾਲਾਂ ਦੇ ਰਹੇ ਨੇ, ਇਹਦੀ ਕੋਈ ਸ਼ੱਕ ਨਹੀਂ ਹੈਗਾ, ਪਰ ਸਿਰਫ ਇੰਨਾ ਹੈਗਾ ਕਿ ਦਿੱਕਤ ਹੈਗੀ ਹੈਗੀ ਕਿ ਅਸੀਂ ਦਿੱਲੀ 'ਚ ਇਲੈਕਸ਼ਨ ਲੜ ਰਹੇ ਹਾਂ, ਸਾਰੀ ਉਹਨਾਂ ਨੂੰ ਬੇਨਤੀ ਸੀ ਕਿ ਉਹ ਚੋਣ ਲੜਨ ਦੇ ਸਾਰੇ ਨਿਸ਼ਾਨ ਤੇ, ਕੋਈ ਦਿੱਲੀ 'ਚ ਲੋਕੀ ਸਾਰਾ ਨਿਸ਼ਾਨ ਜਾਂਦੇ ਨੇ, ਦੂਜਾ ਨਿਸ਼ਾਨ ਨਹੀਂ ਜਾਂਦੇ ਜੀ, ਸੋ ਬੀਜੇਪੀ ਦਾ ਨਿਸ਼ਾਨ ਜਾਂਦੇ ਨੇ, ਉਹ ਹੈ ਕਮਲ ਨਿਸ਼ਾਨ, ਔਰ ਅਸੀਂ ਇਹ ਸੋਚੀਏ ਕਿ ਲੋਕੀ ਤਕੜੀ ਦੇ ਨਿਸ਼ਾਨ ਤੇ ਵੋਟ ਦੇਣ, ਉਹ ਦਿੱਕਤ ਹੁੰਦੀ ਹੈ, ਉਹਨਾਂ ਨੇ ਇਨਸਿਸਟ ਕੀਤਾ ਕਿ ਅਸੀਂ ਤਕੜੀ ਦੇ ਇਲੈਕਸ਼ਨ ਲੜਨਾ, ਤੇ ਉਹ ਉਸ ਕਰਕੇ ਦਿੱਕਤ ਸੀ। ਬੀਜੇਪੀ ਦੇ ਤੁਸੀਂ ਸਿੱਖ ਆਗੂ ਦੇ ਵਜੋਂ ਕਾਫੀ ਲੰਬੇ ਸਮੇਂ ਤੋਂ ਭੂਮਿਕਾ ਨਿਭਾ ਰਹੇ ਹੋ ਆਰਪੀ ਸਿੰਘ ਜੀ, ਕੀ ਮਸਲੇ ਹਨ ਸਿੱਖਾਂ ਦੇ ਅਗਰ ਮੈਂ ਗੱਲ ਕਰਾਂ ਦਿੱਲੀ ਦੇ ਵਿੱਚ? ਦਿੱਲੀ 'ਚ ਤੇ ਸਿੱਖਾਂ ਦਾ ਮੇਨ ਮੁੱਦਾ ਜਿਹੜਾ 84 ਜਿਹੜਾ ਘਟਨਾ ਘਟੀ ਜੀ, ਉਹਦੇ ਕੀ ਫੈਸਲੇ ਹਨ, ਔਰ ਉਹ ਲੜਾਈ ਮੈਂ ਆਪ ਖੁਦ ਲੜ ਰਿਹਾ 84 ਵਾਲੀ, ਮੈਂ ਜਿਹੜਾ ਉਹਨੇ SIT ਜਿਹੜਾ ਫੈਸਲਾ ਆਇਆ ਹੈ, ਉਹਨੇ ਬੜਾ ਜਸਟਿਸ ਸਿੰਘ ਨੇ ਬੜਾ ਸਪਸ਼ਟ ਔਰ ਕਲੀਅਰ ਆਖਿਆ ਕਿ ਸਰਕਾਰ ਦਾ ਉਹਦੇ 'ਚ ਰੋਲ ਹੈਗਾ ਸੀ, ਉਹਦੇ 'ਚ ਸਰਕਾਰ ਦੀ ਜਿਹੜੀ ਪੂਰੀ ਮਸ਼ੀਨਰੀ ਹੈ ਉਹ ਇਨਵੋਲਵ ਹੈਗੀ ਸੀ, ਉਹ ਬੇਸ਼ੱਕ ਜੁਡੀਸ਼ਰੀ ਹੋਏ, ਪ੍ਰੋਸੀਕਿਊਸ਼ਨ ਹੋਏ, ਸਾਰੇ ਲੋਕ ਇਨਵੋਲਵ ਹੈਗੇ ਸਨ। ਠੀਕ ਹੈ, ਮੇਰੇ ਵਕੀਲ ਰੁਪਿੰਦਰ ਸਿੰਘ ਸੂਰੀ ਉਹਦੇ ਮੇਰੇ ਕੇਸ ਚੱਲ ਰਹੇ ਨੇ। ਠੀਕ ਹੈ ਜੀ,
ਆਰਪੀ ਸਿੰਘ ਜੀ, ਕੀ ਬੀਜੇਪੀ ਸਿੱਖਾਂ ਨੂੰ ਇਜਾਜ਼ਤ ਦਿੰਦੀ ਹੈ ਕਿ ਉਹ ਕਹਿ ਸਕਣ ਕਿ ਤੁਸੀਂ ਸਿੱਖ ਹੋ, ਗਰਵ ਦੇ ਨਾਲ ਕਹੋ, ਤੁਹਾਡਾ ਆਪਣਾ ਆਪ ਦਾ ਧਰਮ ਹੈ, ਤੁਹਾਡੀ ਆਪ ਦੀ ਪ੍ਰੈਕਟਿਸਿਸ ਆ? ਇਹਦੀ ਕੋਈ ਸ਼ਰਤ ਹੈ ਨਹੀਂ, ਹਿੰਦੁਸਤਾਨ ਦੇ ਕਿਸੇ ਸਿੱਖ ਨੂੰ ਵੀ ਕਿਤੇ ਕੋਈ ਦਿੱਕਤ ਹੈ ਨਹੀਂ ਕਿ ਉਹ ਸਿੱਖ ਹੈ, ਉਹਨੂੰ ਕੋਈ ਆਪਣੀ ਪ੍ਰੈਕਟਿਸ ਕਰਨ 'ਤੇ ਕੋਈ ਰੋਕ ਨਹੀਂ ਹੈ, ਜਿੱਦਾਂ ਜਿੱਦਾਂ ਹੁੰਦਾ ਉੱਦਾਂ ਪ੍ਰੈਕਟਿਸ ਕਰਦੇ ਨੇ। ਔਰ ਪਿਛਲੇ ਇੱਕ ਸਾਲ ਵਿੱਚ ਜੋ ਪ੍ਰਧਾਨ ਮੰਤਰੀ ਮੋਦੀ ਜੀ ਨੇ, ਇਸ ਸਾਲ ਜਿਹੜਾ ਚੱਲ ਰਿਹਾ 550 ਸਾਲ, ਜੋ ਕੰਮ ਕੀਤੇ ਨੇ ਸਿੱਖਾਂ ਪ੍ਰਤੀ, ਠੀਕ ਹੈ, ਉਹ ਬੇਸ਼ੱਕ ਸੱਜਣ ਕੁਮਾਰ ਨੂੰ ਜੇਲ੍ਹ ਜਾਣ ਕਰਕੇ ਹੋਏ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਕਰਕੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਦੁਨੀਆ ਦੀ ਹਰ ਲੈਂਗੁਏਜ ਟ੍ਰਾਂਸਲੇਸ਼ਨ ਕਰਕੇ ਹੋਏ, ਮੋਦੀ ਜੀ ਵੀ ਮੰਨਦੇ ਨੇ ਕਿ ਸਿੱਖ ਜਿਹੜੇ ਹੈਗੇ ਨੇ ਉਹ ਡਿਫਰੈਂਟ ਰਿਲੀਜਨ ਹੈ ਐਂਡ ਦੇ ਹੈਵ ਅ ਡਿਫਰੈਂਟ ਪ੍ਰੈਕਟਿਸ। ਬਿਲਕੁਲ ਸਿੱਖ ਦੇ ਸੈਪਰੇਟ ਰਿਲੀਜਨ ਹੈ ਐਂਡ ਹੈਜ਼ ਅ ਸੈਪਰੇਟ ਪ੍ਰੈਕਟਿਸ, ਨੋ ਡਾਊਟ। ਵੈਰੀ ਨਾਈਸ। ਤੇ ਹੁਣ ਮੈਨੂੰ ਇਹ ਦੱਸੋ, ਤੇ ਫਿਰ ਕਿਉਂ ਨਹੀਂ ਆਰਟੀਕਲ 25B ਦੇ ਵਿੱਚ ਤੁਸੀਂ ਅਮੈਂਡਮੈਂਟ ਕਰਵਾ ਪਾਏ ਹਜੇ ਤੱਕ? ਉਹ ਇੱਕ ਵਿਸ਼ੇ ਹੈ ਜਿੱਥੇ ਡਿਸਕਸ਼ਨ ਦੀ ਲੋੜ ਹੈ ਸਰ, ਉਹਦੇ ਚ ਸਿੱਖਾਂ ਚ ਮਤ ਅਲੱਗ ਅਲੱਗ ਹੈਗੇ ਨੇ। ਆਰਪੀਜੀ ਵੀ ਆਰ ਡੂਇੰਗ ਡਿਸਕਸ਼ਨ ਟੈਲ ਮੀ ਸਰ। ਮੈਂ ਇਹ ਡਿਸਕਸ਼ਨ ਮੇਰੀ ਅੱਛੇ ਨਹੀਂ, ਉਹ ਡਿਸਕਸ਼ਨ ਸਿੱਖਾਂ ਦੇ ਵਿੱਚ ਸਿੱਖਾਂ ਦੀ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਹੈ। ਮੇਰੀ ਗੱਲ ਬੋਲ ਸਰ, ਮੈਂ ਗੱਲ ਸਰ, ਮੈਨੂੰ ਗੱਲ ਸਰ 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 ਮੇਰੀ ਗੱਲ, ਮੈਂ ਆਪਣੀ ਗੱਲ ਪੂਰੀ ਕਰ ਪਹਿਲੇ ਕੰਪਲੀਟ ਪਹਿਲੇ ਸਰ 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 ਮੈਨੂੰ ਗੱਲ ਪੂਰੀ ਕਰਨ ਦਿਓ ਸਰ, ਤੁਸੀਂ ਮੈਂ ਆਪਣੀ ਗੱਲ ਪੂਰੀ ਕਰਾਂ, ਸੋ ਤੁਸੀਂ ਕੁਸਚਨ ਪੁੱਛੋ, ਮੈਂ ਆਨਸਰ ਲੈਣ ਦੇਣਾ ਪੂਰਾ ਜੀ ਮੈਨੂੰ ਪਲੀਜ਼। ਗੋ ਅਹੈਡ ਸਰ। ਮੈਂ ਜਿਹੜੀ ਗੱਲ ਆਖੀ, ਜਦੋਂ ਅਕਾਲ ਤਖ਼ਤ ਸਾਹਿਬ ਨੂੰ ਪੂਰੇ ਸਾਰੇ ਦੁਨੀਆ ਤੋਂ ਸਿੱਖ ਬੁਲਾਉਣੇ ਚਾਹੀਦੇ ਨੇ, ਬੇਸ਼ੱਕ ਬੇਸ਼ੱਕ ਹਿੰਦੁਸਤਾਨ ਦੇ ਸਿੱਖ ਬੁਲਾਉਣ, ਗੱਲ ਕਰਨ, ਗੱਲ ਕਰਕੇ ਉੱਥੇ ਉੱਥੇ ਫੈਸਲਾ ਕਰਾਂਗੇ ਉਹ ਸਾਰੇ ਬੈਠ ਕੇ, ਪਰ ਇਕੱਲੇ ਨਹੀਂ। ਮੇਰੀ ਹਾਲੇ ਬੇਨਤੀ ਸੰਸ਼ੋਧਨ ਕਰਾ ਦਿਓ, ਸਾਨੂੰ ਪੂਰੀ ਕੌਮ, ਜਿਸੇ ਅਕਾਲ ਤਖ਼ਤ ਸਾਹਿਬ ਸਰਬੱਤ ਖਾਲਸਾ ਬੁਲਾਉਣ, ਔਰ ਜੈਨੂਨਲੀ ਸਾਰੇ ਕਟਾ ਦੇ, ਸਾਰੇ ਪੰਥਾਂ ਦੇ, ਸਾਰੇ ਸੋਰੀ ਜਿਹੜੇ ਗਰੁੱਪਸ ਨੇ ਸਿੱਖਾਂ ਦੇ, ਉਹਨਾਂ ਨੂੰ ਬੁਲਾਉਣ, ਉੱਥੇ ਗੱਲ ਕਰਨ, ਉੱਥੇ ਰੈਜੋਲੂਸ਼ਨ ਪਾਸ ਕਰਨ, ਉਹਦੇ 'ਚ ਮਸਜਿਦ ਵੀ ਬੁਲਾਉਣ, ਉਹਦੇ 'ਚ ਬਾਕੀ ਜਿਹੜੇ ਸਿੱਖ ਨੇ, ਜਿਹੜੇ ਅਲੱਗ ਅਲੱਗ ਸਿੱਖ ਨੇ ਜਿਹੜੇ ਹਨ, ਸਾਰੇ ਨੂੰ ਬੁਲਾਉਣ ਜੀ ਸਰ। ਸਾਰੇ ਸਾਰੀ ਅਗਰ ਕਮਿਊਨਿਟੀ ਨੂੰ ਪੁੱਛਿਆ ਜਾਏ ਤੇ ਸਾਰੀ ਕਮਿਊਨਿਟੀ, ਭਾਵੇਂ ਉਹ ਵੱਖ ਵੱਖ ਆਰਗੇਨਾਈਜੇਸ਼ਨ ਹੋਣ, ਉਹ ਤਾਂ ਮੰਨਦੀ ਹੈ ਆਪਣੇ ਆਪ ਨੂੰ ਕਿ ਦੈਟ ਵੀ ਡਿਫਰੈਂਟ ਪ੍ਰੈਕਟਿਸ, ਵੀ ਆਰ ਸੈਪਰੇਟ ਰਿਲੀਜਨ। ਮੁੱਦਾ ਸਿਰਫ ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇਸ ਗੱਲ ਨੂੰ ਅਹਿਸਾਸ ਕਰਾਉਣ ਦਾ ਕਿ ਭਾਰਤ, ਤਾਂ ਫਿਰ ਕਿਸੇ ਨੂੰ ਤੁਹਾਨੂੰ ਕਮੇਟੀ ਨੂੰ ਇਕੱਠਾ ਕਰਨ ਦੀ ਲੋੜ ਨਹੀਂ। ਸਾਰੇ ਸਿੱਖਾਂ ਦਾ ਮੱਠ ਇੱਕ ਹੋਣਾ ਚਾਹੀਦਾ, ਜੇ ਮੈਂ ਹੁਣ ਅੰਡਰਲਾਈਨ ਕਰਕੇ ਕਹਿ ਰਿਹਾ ਕਿ ਮੱਝੀ ਸਿੱਖ ਵੀ ਹਨ, ਜਿਹੜੇ ਖੱਤਰੀ ਸਿੱਖ ਵੀ ਹਨ, ਪਾਪੇ ਵੀ ਹਨ, ਜਿਹਦੇ 'ਚ ਜਿਹੜੇ ਸਾਡੇ ਕਿਸਾਨ ਜੱਟ ਸਿੱਖ ਨੇ ਉਹ ਵੀ ਹਨ, ਸਾਰੇ ਹਨ, ਤਦ ਗੱਲ ਬਣੇਗੀ। ਸਰ ਤੁਸੀਂ ਤਾਂ ਇਹਨੂੰ ਫਿਰ ਸੈਪਰੇਟ ਰਿਲੀਜਨ, ਤਾਂ ਤੁਸੀਂ ਤਾਂ ਇਹਨੂੰ ਹੁਣ ਹੋਰ ਅੱਗੇ ਸੈਪਰੇਟ ਕਰਤਾ ਸਰ। ਮੈਂ ਨਹੀਂ ਕੀਤਾ ਜੀ, ਮੈਂ ਨਹੀਂ ਕੀਤਾ, ਮਾਫੀ ਚਾਹੁੰਦਾ ਜੀ, ਮੈਂ ਨਹੀਂ ਕੀਤਾ ਸਰ। ਸਰ ਅਗਰ ਤੁਸੀਂ ਆਨ ਗਰਾਊਂਡ ਸਰ, ਇੱਕ ਮਿੰਟ ਸਰ, ਇੱਕ ਮਿੰਟ ਗੱਲ ਸੁਣੋ ਸਰ, ਓਨਲੀ ਦੀ ਵਨ ਕਮਿਊਨਿਟੀ ਦੈਟ ਇਜ਼ ਸਿੱਖ ਸਰ, ਦੈਟ ਇਜ਼ ਸਿੱਖ, ਬਟ ਵੀ ਡੋਨਟ ਸਿੱਖ, ਲੈਟ ਆਲ ਸਿੱਖਸ ਗੈਟ ਟੁਗੇਦਰ ਐਂਡ ਸਪੀਕ ਅਬਾਊਟ ਦਿਸ, ਨਾਟ ਸਿਟਿੰਗ ਇਨ ਅਮਰੀਕਾ ਸਪੀਕ ਅਬਾਊਟ ਇਟ, ਲੈਟ ਆਲ ਸਿੱਖਸ ਫਰਮ ਆਲ ਵੇਰੀਅਸ ਸਟੇਟ ਵਿਦ ਇਨ ਦ ਕਮਿਊਨਿਟੀ ਸਰ, ਇੱਕ ਮਿੰਟ ਸਰ, ਆਲ ਸਿੱਖਸ ਵਿਦ ਇਨ ਵੇਰੀਅਸ ਸਟੇਟ ਵਿਦ ਇਨ ਦ ਸਿੱਖਸ, ਦੇਰ ਆਰ ਵੇਰੀਅਸ ਸਟੇਟ, ਲੈਟ ਦੈਮ ਸਿੱਟ ਟੁਗੇਦਰ, ਕਾਲ ਸਰਬੱਤ ਖਾਲਸਾ ਐਂਡ ਦੈਨ ਸੀਕ ਫਰ ਦਿਸ ਐਂਡ ਇਟ ਵਿਲ ਹੈਪਨ। ਤੁਸੀਂ ਨਾ ਤਾਂ ਸਰਬੱਤ ਖਾਲਸਾ ਚੱਲਣ ਦਿੰਦੇ ਹੋ, ਨਾ ਤੁਸੀਂ, ਕਿਉਂਕਿ ਸਰਕਾਰ ਵੀ ਤੁਹਾਡੀ, ਡੰਡਾ ਵੀ ਤੁਹਾਡਾ, ਪ੍ਰਜਾ ਵੀ ਤੁਹਾਡੀ, ਸਭ ਕੁਝ ਤੁਹਾਡਾ ਸਰ। ਅਗਰ ਸਿੱਖ ਆਪਸ 'ਚ ਇਕੱਠੇ ਹੁੰਦੇ ਸਰ, ਆਪਸ 'ਚ ਇਕੱਠੇ ਹੁੰਦੇ, ਨਾ ਤੁਸੀਂ ਉੱਥੇ ਕੁਝ ਚੱਲਣ ਦਿੰਦੇ ਹੋ, ਉਹਨਾਂ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਪੈਂਦਾ ਹੈ, ਵੱਖ ਵੱਖ ਆਰਗੇਨਾਈਜੇਸ਼ਨ ਆਪਣੀ ਗੱਲਾਂ ਦੀ, ਆਪਣੀ ਗੱਲ ਕਰਨ ਦੇ ਲਈ ਤੁਹਾਡੇ ਕੋਲ ਆਉਂਦੀ ਹੈ, ਬਸ ਤੁਸੀਂ ਉਹਨਾਂ ਨੂੰ ਸਰ, ਕਿਹੜੀ ਆਪਰੇਸ਼ਨ ਹੈ, ਇੱਕ ਮਿੰਟ ਸਰ, ਸਰ ਇੱਕ ਮਿੰਟ, ਕਿਹੜੀ ਆਪਰੇਸ਼ਨ ਸਾਡੇ ਕੋਲ ਹੈ ਸਰ, ਕਿਹੜੀ ਮਿੱਟੀ ਕੋਲ ਦਿੱਤੀ ਸਰ, ਨਹੀਂ ਸਰ, ਕਿਹੜੀ ਮਿੱਟੀ ਕੋਲ ਦਿੱਤੀ ਸਰ, ਝੂਠ ਬੋਲਣਾ ਬੰਦ ਕਰੋ ਸਰ, ਸਰ ਅਮਰੀਕਾ ਬੈਠ ਕੇ ਝੂਠ ਬੋਲਣਾ ਬੰਦ ਕਰੋ, ਕਿਸੇ ਨੂੰ ਮਿੱਟੀ ਕੋਲ ਨਹੀਂ ਦਿੱਤੀ ਸਰ, ਇਹ ਇਕੱਲਾ ਮੋਦੀ ਹੈ ਜਿਹਨੇ ਪੂਰੇ ਪੂਰੇ ਸੁਣੋ, ਇੱਕ ਸੁਣੋ, ਇਕੱਲਾ ਮੋਦੀ ਹੈ ਜਿਹਨੇ ਪੂਰੀ ਦੁਨੀਆ ਵਿੱਚ ਨਾਨਕ ਗੁਰੂ ਨਾਨਕ ਦੇਵ ਜੀ ਬਾਣੀ ਦਾ ਟ੍ਰਾਂਸਲੇਟ ਕੀਤਾ, ਅੱਜ ਤੱਕ ਕਿਸੇ ਕਿਸੇ ਹਿੰਦੁਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨੇ, ਵਜ਼ੀਰ ਨੇ ਕੀਤਾ ਜੀ, ਤੇ ਫਿਰ ਸਰ ਕਰੋ ਨਾ ਕਦੀ ਮੇਰੀ ਗੱਲ ਕਰੋ, ਤੁਹਾਡੇ ਲੀਡਰ ਕਿਉਂ ਕਹਿੰਦੇ ਹਨ, ਸਾਡੇ ਇਸ ਮੰਚ ਦੇ ਉੱਤੇ ਆ ਕੇ ਕਿੰਨੀ ਵਾਰ ਉਹਨਾਂ ਨੇ ਕਿਹਾ ਹੈ ਕਿ ਸਿੱਖ ਤੋਂ ਹਮਾਰੇ ਹਿੰਦੂ ਭਾਈ ਹੈ?
अपने लीडर एक डिफरेंट रिलीजन है आर्टिकल 25 संशोधन क्यों नहीं करवाते जी तो सर तुम्हें मैं माफी चाहना सर तुम्हें लगा सुन नहीं चला कि नहीं अपनी गलत कह रहे हो और झूठ बोल रहे हो लगातार तुम्हें अपना एक निगेटिव बिल्ड कर रहे हो जानकारी मैं चाहूंगा कि यू ओपन चैलेंज सर I'm giving you time. Go sir, on. I accept my open challenge and let me know which BJP leader has said that Sikhs don't have a separate identity. Chala se chala karne chala nahi karna usse ji. Main aur thodi jankari kar gayi. Thoda jankari ko thoda discuss kar ke aao. Leader Rajnath Singh ji athe aaye si ke Modi ji ki var athe aa chuke. बंदी सिंघां दी रिहाई नहीं लाके पहला तुसी मोदी जी ने इत्थे बहुत वड्डी गल कही कि असीं बंदी सिंघां दी रिहाई छेती करांगे उस तो बाद अमित शाह मोदी जी इत्थे आए सीगे बकायदा जद उन्होंने हाउडी मोदी किया सीगा और एक सिख डेलीगेशन जाके उन्होंने मिलिया सीगा उन्होंने कहा मैं बहुत वड्डा फैसला सिखां दे लई करन वाला सारे सिखां नूं आस होगी कि बंदी सिंघां दी रिहाई नूं लैके बहुत वड्डा फैसला होएगा बकायदा इत्थे ऐसीए तक ने इस गल दा ऐलान कर दिता सीगा लेकिन बावजूद उस दे होम मिनिस्टर पूरी दुनिया च हर लैंग्वेज दुनिया की हर लैंग्वेज गुरु नानक साहब की बाणी का ट्रांसलेशन हो रहा है हर लैंग्वेज बाणी का ट्रांसलेशन हो रहा है हिंदुस्तान की हर लैंग्वेज साहब श्री गुरु नानक देव जी की बाणी का ट्रांसलेशन हो रहा है सर सारे काम के खार होते एक चटके से उन्होंने एक करके इसको रिजॉल्व कर रहे हैं एक और कभी सोचे सचिन कुमार जेल जाएगा जी सोचे किसने सचिन कुमार जेल SIT बनाई SIT रिपोर्ट से एक्शन हो रहा है और जेड़े पुलिस अफसर उस इन्वॉल्व से 84 उन्हें खराब वापस मुकदमे खोले जा रहे हैं सारे काम एक खार ऐसे नहीं होना जी कई साल कोई काम ना हुए और अगर ऐसी करण पे चली है और कई सालों साल सात और सौ नहीं होने का सोचिए का जॉब कहता नहीं होता सर हाई आर्टिकल 25 बी दे विशन शोधन मैं वापस कह रहा हूं जी सिखा नु सारे इकट्ठे करो सरबत खालसा बुलाओ कि सारे शेख सिखा करो सरबत खालसा दी मैं बिल्कुल करांगा सारे शेख सारे से बुलाओ मैं करांगा जी तुम अगुवाई करोगे मैं खड़ा होऊंगा मैं सर मैं उठे खड़ा होके करांगा कल सर और करो की कहोगे मैं खड़ा होके अपना पार्टी में रखांगा सर की कहोगे सर तुसी सर मैं सर बुलाओ ना सर पहले बुलाओ ना सारे बुलाओ उठे खड़े होके गल करो सर मैं पहले बुलाओ और उठे फिर मैं अपना पॉइंट ऑफ व्यू रखांगा मैं आज को दस दूंगा मेरा पॉइंट ऑफ व्यू क्या रखांगा और किस सर किस तरह का और सारी जानकारी करके सर एक पल सुनो कृपा करके सन 2014 जनवरी का माइनॉरिटी कमीशन का रेजोल्यूशन पढ़ लेना जी तुम बार बार कहने हिंदू ऑर्गेनाइजेशन कहने हैं RSS ने एडमिट किया माइनॉरिटी कमीशन अगे प्लीज मतलब 14 जनवरी 2000 का प्लीज लॉग इन एंड चेक कि सिख इज ए सेपरेट रिलीजन विद ए सेपरेट आइडेंटिटी मैंने क्या RSS ने उठे किया तीन मेंबर डेलीगेशन से एक सेकंड सत्यनारायण बंसल जी दूसरे सर माको राम वैद्य और तीसरे सर RPS नहीं आ रहा क्योंकि मैं डिबेट नू उस पास नहीं लेके जाना चाहता बट मैं वापस अपील कर रहा सर आप एक मिनट जाना सुना जी RSS से क्या सिख इज सेपरेट रिलीजन सेपरेट आइडेंटिटी तीन मेंबर डेलीगेशन सी माकोराम वैद्य सत्यनारायण बंसल और सरदार RP सिंह हां ठीक
ਗੱਲ ਸਮਝ ਲੱਗੀ, ਮੇਰਾ ਚੈਨ ਸਮਝ ਲੱਗਿਆ ਤੁਹਾਨੂੰ, ਦੇਰ ਹੋ ਗਈ ਨਾ ਗੱਲ? ਹਾਂਜੀ ਹਾਂਜੀ, ਆਰ ਐਸ ਐਸ ਆਰ ਪੀ ਸਿੰਘ, ਹਾਂਜੀ ਆਰ ਐਸ ਐਸ ਮੰਨਦੀ ਕਿ ਅਸੀਂ ਡਿਫਰੈਂਟ ਰਿਲੀਜਨ ਆ, ਸੈਪਰੇਟ ਆਈਡੈਂਟੀਟੀ ਸਰ ਸਾਡੀ, ਤੁਸੀਂ ਪੜ੍ਹੋ ਨਾ ਸਰ, ਮੈਂ ਤੇ ਮਿਨੋਰਟੀ ਕਮਿਸ਼ਨ ਅੱਗੇ ਸਰਕਾਰੀ ਸਰਕਾਰੀ ਠੱਪਾ ਲਗਾ, ਮੋਹਰ ਲਗਾ ਭਾਰਤ ਸਰਕਾਰ ਦੀ, ਉੱਥੇ ਸ਼ੇਰ ਦਾ ਮੋਹਰ ਲੱਗੀ ਹੈ ਕਿ ਸਿੱਖ ਇਜ਼ ਅ ਸੈਪਰੇਟ ਰਿਲੀਜਨ ਵਿਦ ਅ ਸੈਪਰੇਟ ਆਈਡੈਂਟੀ, ਤਿੰਨ ਮੈਂਬਰ ਡੈਲੀਗੇਸ਼ਨ, ਤੇ ਮੇਰਾ ਸਟੈਂਡ ਪੁੱਛੋ ਤਾਂ ਸਟੈਂਡ ਦੱਸਦਾ ਜੀ। ਵੈਰੀ ਨਾਈਸ, ਭਾਰਤ ਦਾ ਸੰਵਿਧਾਨ ਸੰਸ਼ੋਧਨ ਦੇ ਰਿਹਾ, ਜੇ ਤੁਸੀਂ ਮਿਨੋਰਟੀ ਦੇ ਵਿੱਚ ਕਰਾ ਸਕਦੇ ਤਾਂ ਉੱਥੇ ਵੀ ਕਰਾ ਸਕਦੇ ਹੋ। ਕੀ ਭਾਰਤ ਦਾ ਸੰਵਿਧਾਨ ਕੀ ਕਰ ਰਿਹਾ? ਭਾਰਤ ਦਾ ਸੰਵਿਧਾਨ ਕਦ ਇਜਾਜ਼ਤ ਦੇਗਾ, ਸੰਸ਼ੋਧਨ ਕਦ ਕਰੇਗਾ? ਜੇ ਤੁਸੀਂ ਮਿਨੋਰਟੀਜ਼ ਦੇ ਵਿੱਚ ਸਾਈਨ ਕਰਵਾ ਸਕਦੇ ਹੋ ਭਾਰਤ ਸਰਕਾਰ ਦੇ, ਤਾਂ ਤੁਸੀਂ ਉੱਥੇ ਵੀ ਤਾਂ ਕਰਵਾ ਸਕਦੇ ਹੋ ਨਾ, ਤਾਂ ਤੁਹਾਨੂੰ ਸਿੱਖਾਂ ਦੀ ਲੋੜ ਨਹੀਂ ਹੈ। ਤੁਸੀਂ ਸਿੱਖਾਂ ਦੇ ਆਗੂ ਹੋ, ਤੁਸੀਂ ਕਰਵਾਓ, ਸਾਰੀ ਸਿੱਖ ਪੰਥ ਤੁਹਾਡੇ ਗੁਣਗਾਨ ਕਰੇਗੀ। ਸਰ ਮੈਂ ਮਾਫੀ ਚਾਹੁੰਦਾ ਸਰ, ਮੈਂ ਫਿਰ ਇਹ ਇਸ਼ੂ ਸਾਰੇ ਸਿੱਖਾਂ ਨੂੰ ਬੁਲਾ ਕੇ, ਸਾਰੇ ਸ਼ੇਰ ਤੋਂ ਸਿੱਖਾਂ ਨੂੰ ਬੁਲਾ ਕੇ ਇੱਥੇ ਗੱਲ ਹੋਣੀ ਚਾਹੀਦੀ। ਮੈਂ ਬੜਾ ਸਪਸ਼ਟ ਕਹਿ ਰਿਹਾ ਕਿ ਮੈਂ ਦੇਰ ਅਦਰ ਪੁਆਇੰਟ ਆਫ ਵਿਊ ਵਿੱਚ ਕਮ ਟੂ ਮੀ ਵਿਚ ਆਈ ਡੋਨਟ ਐਕਸੈਪਟ, ਮੈਂ ਨਹੀਂ ਸਮਝ ਸਕਦਾ। ਪਰ ਚਲੋ ਇੱਕ ਮਿੰਟ ਗੱਲ ਸੁਣੋ ਸਰ, ਇੱਕ ਮਿੰਟ ਗੱਲ ਸੁਣੋ ਪਲੀਜ਼ ਸਰ, ਅੱਧਾ ਸੈਕਿੰਡ। ਉਹ ਲੋਕੀ ਆਉਂਦੇ ਨੇ ਮੇਰੇ ਕੋਲ, ਲੋਕੀ ਗੱਲ ਕਰਦੇ, ਮੈਂ ਕਹਿੰਦਾ ਬਈ ਤੁਹਾਡੀ ਗੱਲ ਵੀ ਸੁਣਾਂਗੇ, ਦੂਜਾ ਜਿਹੜਾ ਮੇਰਾ ਪਕਸ਼ ਉਹ ਵੀ ਸੁਣੋ, ਪਰ ਸਾਰਿਆਂ ਨੂੰ ਬੁਲਾ ਕੇ ਇਹ ਵੇਅਰ ਇਨ ਡੈਮੋਕ੍ਰੇਸੀ, ਇਨ ਡੈਮੋਕ੍ਰੇਸੀ ਇਜ਼ ਦੀ ਹੈਡ ਕਾਊਂਟ, ਇਨ ਡੈਮੋਕ੍ਰੇਸੀ ਇਜ਼ ਦੀ ਠੀਕ ਹੈ। ਅਸੀਂ ਬਾਕਾਇਦਾ ਜਿਹੜੀ ਤੁਸੀਂ ਗੱਲ ਕਹੀ ਇੱਕ ਇਸ ਮੁੱਦੇ ਦੇ ਉੱਤੇ ਅਸੀਂ ਜ਼ਰੂਰ ਇੱਕ ਵੱਡੀ ਡਿਬੇਟ ਕਰਾਂਗੇ ਆਰ ਪੀ ਜੀ, ਔਰ ਸਿੱਖ ਦੀ ਜੋ ਨੁਮਾਇੰਦ ਸਿੱਖਾਂ ਦੀ ਜੋ ਨੁਮਾਇੰਦਗੀ ਕਰਦੇ ਹਨ ਉਹਨਾਂ ਨੂੰ ਸਾਰਿਆਂ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ, ਬਾਕਾਇਦਾ ਤੁਹਾਨੂੰ ਵੀ ਲੈ ਕੇ ਆਵਾਂਗੇ। ਅਗਰ ਪ੍ਰਿੰਸੀਪਲ ਤੌਰ ਨਾਲ ਗੱਲ ਕਰੀਏ, ਸਿੱਖਾਂ ਦੀ ਦੋ ਨੁਮਾਇੰਦਾ ਜਮਾਤ ਭਾਰਤ ਦੇ ਵਿੱਚ ਨੇ, ਇੱਕ ਦਿੱਲੀ ਦੇ ਵਿੱਚ, ਇੱਕ ਪੰਜਾਬ ਦੇ ਵਿੱਚ, ਡੀ ਐਸ ਜੀ ਐਮ ਸੀ ਔਰ ਐਸ ਜੀ ਪੀ ਸੀ, ਲਗਾਤਾਰ ਉਹ ਵੀ ਇਸ ਗੱਲ ਨੂੰ ਕਹਿੰਦੇ ਹੋਏ ਆਏ ਹਨ, ਔਰ ਬਾਕਾਇਦਾ 2003 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਫਰਮਾਨ ਵੀ ਜਾਰੀ ਹੁੰਦਾ ਹੈ ਕਿ ਆਰ ਐਸ ਐਸ ਜਿਹੜੀ ਹੈਗੀ ਆ ਉਹ ਸਿੱਖਾਂ ਦੇ ਵਿੱਚ ਵੜ ਕੇ ਸਿੱਖਾਂ ਨੂੰ ਇੱਕ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਰਹੀ ਹੈ, ਦੂਜੀ ਗੱਲ ਇਹ ਵੀ ਉਹਨਾਂ ਨੇ ਕਹੀ ਕਿ ਇਹ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਵੀ ਕਰਦੀ ਹੈ। ਇਹ ਕਾਫੀ ਡਿਬੇਟੇਬਲ ਟੌਪਿਕ ਹੈਗਾ, ਪਰ ਉਸ ਪਰ ਸਭ ਤੋਂ ਅਹਿਮ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਆਰ ਪੀ ਜੀ, ਔਰ ਦੂਜਾ ਅਗਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੇ ਵਿੱਚ ਵਚਨਬੰਦ ਹੁੰਦੇ ਹੋ, ਜਿੱਥੇ ਅਮਿਤ ਸ਼ਾਹ ਜੀ ਨੇ ਕਿਹਾ ਕਿ ਅਸੀਂ ਕੋਈ ਫੈਸਲਾ ਨਹੀਂ ਕੀਤਾ, ਜੇ ਅਮਿਤ ਸ਼ਾਹ ਜੀ ਮੁੜ ਤੋਂ ਆਪਣਾ ਫੈਸਲਾ ਦਿੰਦੇ ਹਨ ਕਿ ਅਸੀਂ ਸੋਚ ਰਹੇ ਹਾਂ, ਤਾਂ ਇਹਦਾ ਸਾਰਾ ਕ੍ਰੈਡਿਟ ਅੱਜ ਅਸੀਂ ਇਸ ਮੰਚ ਦੇ ਉੱਤੇ ਕਹਿ ਰਹੇ ਹਾਂ ਤੁਹਾਨੂੰ ਜਾਏਗਾ, ਜੇਕਰ ਤੁਸੀਂ ਇਸ ਗੱਲ ਨੂੰ ਕਰਵਾਉਂਦੇ ਹੋ। ਔਰ ਦੂਜਾ ਜਿਹੜੀ ਗੱਲ ਤੁਸੀਂ ਕਹੀ ਆਰਟੀਕਲ 25 ਬੀ ਦੇ ਵਿੱਚ ਜਿਹੜੀ ਅਸੀਂ ਮੰਗ ਤੁਹਾਡੇ ਸਾਹਮਣੇ ਰੱਖੀ ਕਿ ਸੰਸ਼ੋਧਨ ਦੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਉਹਨੂੰ ਵੀ ਲੈ ਕੇ ਅਸੀਂ ਇੱਕ ਡਿਬੇਟ ਜ਼ਰੂਰ ਕਰਾਂਗੇ, ਫਿਰ ਦੇਖਦੇ ਹਾਂ ਉਸ ਤੋਂ ਬਾਅਦ ਤੁਹਾਡੀ ਅਤੇ ਤੁਹਾਡੀ ਸਰਕਾਰ ਦਾ ਕੀ ਸਟੈਪ ਹੁੰਦਾ। ਮਿਹਰਬਾਨੀ ਆਰ ਪੀ ਜੀ, ਮਿਹਰਬਾਨੀ ਤੁਹਾਡੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਮੈਂ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਕਾਫੀ ਸਾਰੇ ਕਾਲਰਸ ਮੈਨੂੰ ਕਾਲ ਕਰ ਰਹੇ ਨੇ ਜਿਹੜੇ ਕਾਲ ਕਰਨਾ ਚਾਹੁੰਦੇ ਆ, ਕਿਉਂਕਿ ਫੋਨ ਅੱਜ ਅਸੀਂ ਜਿਹੜਾ ਹੈਗਾ ਉਹ ਚੇਂਜ ਕੀਤਾ, ਸੋ ਸਾਡੀ ਜਿਹੜੀ ਟੀਮ ਹੈਗੀ ਹੈ, ਦੇਖੋ ਨਾ ਪੁੱਟ ਯੂਰ ਕਾਲ ਔਨ ਕਿਊ, ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੈਲੋ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ ਇਸ ਵਿਸ਼ੇ ਦੇ ਉੱਤੇ, ਤੇ ਅਸੀਂ ਕਾਲ ਵੀ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ ਭਾਜੀ, ਮੈਂ ਕਲਗਿਰੀ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਵਿਚਾਰ ਨੇ ਤੁਹਾਡੇ? ਸਤਿ ਸ਼੍ਰੀ ਅਕਾਲ, ਵਿਚਾਰ ਇਹ ਹੈ ਭਾਈ ਜੀ, ਆਪਣੇ ਸਰਦਾਰ ਜੀ ਇਹੀ ਗੱਲ ਕਹਿੰਦੇ, ਪਹਿਲੀ ਗੱਲ ਤੈਨੂੰ ਕਹਿ ਵੀ ਇੰਗਲਿਸ਼ ਬੋਲਣ ਦੀ ਲੋੜ ਨੀ, ਬਾਹਰ ਬੜੀ ਇੰਗਲਿਸ਼ ਲੋਕ ਜਾਣਦੇ, ਅਸੀਂ ਪੰਜਾਬੀ ਨੂੰ ਕਹਿੰਦੇ ਪੰਜਾਬੀ ਚ ਗੱਲ ਕਰੋ, ਇੰਗਲਿਸ਼ ਚ ਬੋਲਦਾ। ਜੀ ਜੀ ਜੀ, ਦੂਜੀ ਗੱਲ, ਦੂਜੀ ਗੱਲ ਆਰ ਪੀ ਸਿੰਘ ਨੇ, ਦੂਜੀ ਗੱਲ ਇਹ ਆ ਵੀ ਜੇ ਸਿੱਖਾਂ ਨੇ ਲੈਣਾ ਪੰਜਾਬੀ ਸੂਬੇ ਵਾਂਗੂ ਲੈਣਾ ਪਊਗਾ, ਫਿਰ
ਤੁਸੀਂ ਜਿਹੜੀ ਸਿੱਖ ਆਪਾਂ ਕਮਿਊਨਿਟੀ ਨੂੰ ਸਾਰਿਆਂ ਨੂੰ ਇਹ ਕਹਿੰਦਾ ਇਕੱਠੇ ਹੋ ਕੇ ਪਹਿਲਾਂ ਮਤਾ ਪਾਸ ਕਰੋ, ਉਹ ਮਤੇ ਵਾਲੀਆਂ ਚ ਕਿਹੜੀ ਗੱਲ ਆ? ਜਿੱਦਣ ਇਹਨਾਂ ਨੇ ਧਾਰਾ 370 ਹਟਾਈ ਉਹਦਾ ਮਤਾ ਪਾਸ ਕਰਾਇਆ ਸੀਗਾ ਉਹਨਾਂ ਤੋਂ ਕਸ਼ਮੀਰ ਵਾਲਿਆਂ ਤੋਂ, ਠੀਕ ਹੈ ਨਾ? ਤੇ ਮਤੇ ਵਾਲੀ ਕਿਹੜੀ ਗੱਲ ਆ? ਤੂੰ ਵੱਖਰੀ ਗੱਲ ਬਣ ਜਾਣੀ ਆ ਬਸ, ਰਾਈਟ 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 ਕੀ ਗੱਲ ਆ? ਇਹ ਵੀ ਪਹਿਲਾਂ ਉਹੀ ਗੱਲ ਆ, ਪਾਣੀ ਚ ਮਧਾਣੀ ਪਾਉਣ ਲੱਗਿਆ ਬਾਈ ਜੀ, ਵੀ ਤੁਸੀਂ ਪਹਿਲਾਂ ਸਿੰਘ ਸਾਹਿਬਾਨ ਇਕੱਠੇ ਕਰੋ, ਆਪਣਾ ਸਰਬੱਤ ਖਾਲਸਾ ਬੁਲਾਓ, ਉਹ ਚ ਬੁਲਾਓ, ਜਦੋਂ ਮੁੜ ਕੇ ਮੂਹਰੇ ਹੋ ਕੇ ਤੁਰਨਗੇ ਫੜ ਕੇ ਜਿਹਨੇ ਡਕਣਗੇ ਗੱਲ ਖਤਮ ਹੋ ਗਈ। ਜੀ 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 ਜੀ, ਆਪਾਂ ਕੋਈ ਨੀ, ਆਪਾਂ ਇਸ ਇਸ਼ੂ ਨੂੰ ਚੱਕਦੇ ਰਹਾਂਗੇ ਔਰ ਜ਼ਰੂਰ ਇਹਨੂੰ ਲਿਆਉਂਦੇ ਰਹਾਂਗੇ ਇਸ ਮੰਚ ਦੇ ਉੱਤੇ, ਔਰ ਕੋਸ਼ਿਸ਼ ਵੀ ਕਰਾਂਗੇ ਕਿ ਅਸੀਂ। ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਵਾਂ, ਬੀਜੇਪੀ ਸਿੱਖਾਂ ਚ ਵੜ ਚੁੱਕੀ ਆ ਜੀ, ਬੋਲਦਾ ਨਾ ਤੋਤੇ ਵਾਂਗੂ ਬੀਜੇਪੀ ਦੀ ਬੋਲੀ। ਜੀ 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 ਜੀ, ਇਹਨੂੰ ਹਾਲੇ ਇਹ ਨੀ ਪਤਾ ਵੀ ਹੋ ਚੁੱਕਿਆ ਵੀ ਇੰਨੀ ਵਾਰ ਅਸੀਂ ਸਰਬੱਤ ਖਾਲਸਾ ਕਰਕੇ ਕਰ ਚੁੱਕੇ ਹਾਂ ਜੀ, ਤੇ ਹਾਲੇ ਫੇਰ ਇਹ ਸਰਬੱਤ ਖਾਲਸਾ ਜੇ ਅਸੀਂ ਉਹਨਾਂ ਨੂੰ ਮੁੜ ਕੇ ਫੇਰ ਉਹੀ ਆਪਣੇ ਪੰਜਾਬੀ ਸੂਬੇ ਵਾਲੀਆਂ ਗੱਲਾਂ ਕਰਨੀਆਂ, ਗੱਲ ਖਤਮ ਆ ਫੇਰ। ਰਾਈਟ 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 ਰਾਈਟ, ਇਹਦਾ ਧੱਕੇ ਨਾ ਲੈਣਾ, ਫਿਰ ਤੁਹਾਡਾ ਤਾਂ ਕੋਈ ਦੇਣ ਥੋੜੋ ਆ। ਜੀ 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 ਜੀ, ਮਿਹਰਬਾਨੀ ਤੁਹਾਡੀ, ਮੇਰੇ ਨਾਲ ਕਾਫੀ ਸਾਰੇ ਹੋਰ ਵੀ ਕਾਲ, ਥੈਂਕ ਯੂ ਵੀਰੇ, ਥੈਂਕ ਯੂ, ਵੀ ਆਪਾਂ ਵਿਚਾਰ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਮੈਂ ਕਰਮਜੀਤ ਸਿੰਘ ਬੋਲਦਾ ਜੀ, ਡੈਲਸ ਫੋਰਟ ਵਰਥ ਤੋਂ, ਟੈਕਸਾਸ ਸਟੇਟ ਤੋਂ। ਸਤਿ ਸ਼੍ਰੀ ਅਕਾਲ ਕਰਮਜੀਤ ਸਿੰਘ ਜੀ, ਠੀਕ ਹੋ? ਹਾਂ ਹਲੋ ਵਾਲਿਆ ਜੀ, ਬਹੁਤ ਸੋਹਣੀ ਡਿਸਕਸ਼ਨ ਚੱਲ ਰਹੀ ਤੁਹਾਡੀ ਜੀ। ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਕਾਂਗਰਸ ਨੇ ਬਹੁਤ ਸਾਰੀਆਂ ਮੰਗਾਂ ਸਾਡੀਆਂ ਇੰਨੇ ਸਾਲ ਪ੍ਰਵਾਹ ਨਹੀਂ ਕੀਤੀਆਂ ਜੀ, ਔਰ ਸਾਨੂੰ ਰਗੜਾ ਵੀ ਲਾਇਆ ਜੀ। ਅਸੀਂ ਤਾਂ ਕਸ ਜੋਗੇ ਰਹੇ ਹੀ ਨਹੀਂ ਸੀ ਦੁਨੀਆਂ ਚ, ਅਸੀਂ ਤਾਂ ਮਸਾਂ ਸੇਫ ਹੋਏ ਹਾਂ, ਹੁਣ ਮਾੜੇ ਪੈਰ ਲੱਗੇ ਆ ਜੀ। ਤੇ ਇਹਨੂੰ ਹੁਣ ਜੇ ਆਪਾਂ ਬੀਜੇਪੀ ਵਾਲੇ ਕੋਈ ਮੰਗਾਂ ਸਾਡੀਆਂ ਪੂਰੀਆਂ ਜਿਵੇਂ ਕੀਤੀਆਂ, ਸਾਡੇ ਕੋਰੀਡੋਰ ਦਾ ਮਾਮਲਾ ਹੈ, ਸਿੱਖਾਂ ਦੀ ਕਾਲੀ ਸੂਚੀ ਦਾ ਹੈ, ਜਾਂ ਬੰਦੀ ਸਿੱਖਾਂ ਦਾ, ਮਸਲੇ ਤਾਂ ਹੋਰ ਵੀ ਆ। ਰਾਈਟ, ਜਿਵੇਂ ਸਾਡਾ ਹੁਣ ਆਪਣਾ ਕਪਾਨੀ ਸੀ ਸਰਦਾਰ, ਉਹ ਮੋਗੇ ਵਾਲਾ, ਉਹਨੇ ਆਹ ਜਿੰਨੀ ਆਪਾਂ ਟੈਲੀਵਿਜ਼ਨ ਵੇਖ ਰਹੇ ਹਾਂ ਕੰਪਿਊਟਰ ਦੀ ਦੁਨੀਆਂ 'ਚ ਕਿੱਡਾ ਵੱਡਾ ਕੰਮ ਹੈ ਜੀ, ਉਹਨੂੰ ਯਾਦ ਕਰ ਲਈ ਵੀ ਅਸੀਂ ਕੋਈ ਨਾ ਕੋਈ ਟਿਕਟ ਜਾਰੀ ਕਰਾਈਏ ਇੰਡੀਆ 'ਚ, ਕੋਈ ਉਹਦੇ ਨਾਂ ਦੇ ਉਹਦੇ ਪਿੰਡ ਦਾ ਨਾਂ ਉਹਦੇ ਨਾਂ 'ਤੇ ਰੱਖਿਆ ਜਾਵੇ ਜਿਹੜੇ ਸਾਡੇ ਸਾਰਾਗੜੀ ਦੇ ਇੱਕੀ ਸ਼ਹੀਦ ਹੋਏ ਆ, ਉਹਨਾਂ ਇਹ ਅਸੀਂ ਇਹਨਾਂ ਤੋਂ ਕਰਾ ਸਕਦੇ ਹਾਂ। ਰਾਈਟ ਰਾਈਟ, ਇਹਨਾਂ ਨੂੰ ਜਿਵੇਂ ਆਰ ਪੀ ਸਿੰਘ ਸੋਹਣਾ ਬੋਲ ਰਿਹਾ ਸੀ, ਆਖਿਰਕਾਰ ਤਾਂ ਸਾਰੇ ਬੰਦੇ ਬੈਠੇ ਨਾ ਇੱਕ ਧੜਾ ਦਾ ਨਾ ਬੈਠੇ, ਜੇ ਧੜੇ ਬੰਦੀ ਇੰਨੀ ਬਣਾਈ ਬੈਠੇ ਆ ਤਾਂ ਇਕੱਠੇ ਦਾ ਪੈਣਾ ਪਊਗਾ ਨਾ, ਫਿਰ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ। ਜੀ 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 ਜੀ, ਤੁਸੀਂ ਥੋੜੀ ਹੱਲਾਸ਼ੇਰੀ ਦਿਓ, ਤੁਸੀਂ ਸੋਹਣੇ ਸਵਾਲ ਰੱਖੇ, ਪਰ ਸਾਡੇ ਬੰਦਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਨਾ, ਜੇ ਅਸੀਂ ਉਵੇਂ ਸੌਂ ਜਾਂਦੇ 25 ਧਾਰਾ ਦੇ ਬਾਰੇ ਇੰਨੇ ਸਾਲ, ਤੇ ਫਿਰ ਮਸਲਾ ਕਿਵੇਂ ਹੱਲ ਹੋਊਗਾ? ਜੀ 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 ਜੀ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਬੀਜੇਪੀ ਨੂੰ, ਕਿ ਬੀਜੇਪੀ ਨੂੰ ਪਤਾ ਕਿ ਅਸੀਂ ਅੰਦਰ ਤੱਕ ਵੜ ਚੁੱਕੇ ਹਾਂ, ਜਿਹੜੀ ਗੱਲ ਸਾਡੇ ਪਹਿਲੇ ਕਾਲਰ ਨੇ ਕਹੀ ਕਿ ਅਸੀਂ ਇਕੱਠੇ ਨਹੀਂ ਹੋਣ ਦੇਣਾ, ਤੇ ਅਸੀਂ ਹਮੇਸ਼ਾ ਇਸ ਮੰਚ ਦੇ ਉੱਤੇ ਇਹ ਗੱਲ ਕਹਿੰਦੇ ਕਿ ਤਗੜੇ ਹੋ, ਇਕੱਠੇ ਹੋ, ਜਿਹੜੇ ਆਪਣੇ ਇਸ਼ੂਜ਼ ਨੇ ਉਹਨਾਂ ਨੂੰ, ਉਹਨਾਂ ਇਸ਼ੂਜ਼ ਨੂੰ ਲੈ ਕੇ ਅਸੀਂ ਇੱਕ ਦੂਜੇ ਦੇ ਉੱਤੇ ਸਿਆਸਤ ਨਾ ਕਰੀਏ। ਜਦ ਮਸਲਾ ਕੌਮ ਦਾ ਆਉਂਦਾ ਤਾਂ ਸਾਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ, ਔਰ ਇਕੱਠੇ ਹੋ ਕੇ ਆਵਾਜ਼ ਨੂੰ ਬੁਲੰਦ ਕਰਕੇ ਸੱਤ ਸਮੁੰਦਰ ਪਾਰ ਪਹੁੰਚਾਉਣ ਦੀ ਲੋੜ ਹੈ। ਨਵੀਂ ਕੌਮ ਹੈ, ਆਪਣੀ ਛੋਟੀ ਕੌਮ ਹੈ, ਦੁਨੀਆ 'ਚ ਸਾਡੀ ਇੱਜ਼ਤ ਹੈ, ਅਸੀਂ ਹੋਰ ਵਧਾ ਸਕਦੇ ਹਾਂ। ਗੁਰੂ ਨਾਨਕ ਦਾ ਫਲਸਫਾ ਚੰਗਾ ਹੈ, ਪਰ ਕਿਸੇ ਦਾ ਮੋਢਾ ਤਾਂ ਲੈਣਾ ਪਊਣਾ ਜਿਹੜਾ ਮਾੜਾ ਮੋਢਾ ਨਾਲ ਫਿਰਦਾ ਹੈ, ਇਕੱਠੇ ਤਾਂ ਉਹ ਬੈਠੀਏ ਨਾ, ਮੰਗ ਤਾਂ ਪੂਰੀ ਬਾਅਦ 'ਚ ਹੋਊਗਾ। ਬਿਲਕੁਲ 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 ਬਿਲਕੁਲ, ਮਿਹਰਬਾਨੀ ਤੁਹਾਡੀ, ਜੀ ਜੀ ਧੰਨਵਾਦ, ਮਿਹਰਬਾਨੀ ਜੀ ਤੁਹਾਡੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਨਾਲ ਵੀ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਲੋ ਵਾਲੇ ਸਾਹਿਬ, ਸਤਿ ਸ਼੍ਰੀ ਅਕਾਲ, ਮੈਂ ਹਰਦੇਵ ਸਿੰਘ ਬੋਲ ਰਿਹਾ ਲੌਂਗ ਆਈਲੈਂਡ ਤੋਂ। ਸਤਿ ਸ਼੍ਰੀ ਅਕਾਲ ਹਰਦੇਵ ਸਿੰਘ ਜੀ, ਠੀਕ ਹੋ? ਬਿਲਕੁਲ, ਥੈਂਕ ਯੂ ਜੀ ਹਲੋ ਵਾਲੇ ਸਾਹਿਬ ਜੀ। ਇਹ ਦੇਖੋ, ਜਿਹੜੇ ਸਿੱਖ ਜਿਹੜੇ ਬੀਜੇਪੀ ਨਾਲ ਲੜੇ ਨੇ ਨਾ ਜੀ, ਉਹਨਾਂ ਦੀ ਜ਼ਮੀਰ ਮਰੀ ਆ ਜੀ। ਤੁਸੀਂ ਆਰ ਪੀ ਸਿੰਘ ਦਾ ਚਿਹਰਾ ਜਿਹੜਾ ਨਾ ਬੜਾ ਚੰਗੀ ਤਰ੍ਹਾਂ ਸਾਰੀ ਦੁਨੀਆਂ ਨੂੰ ਵਿਖਾ ਦਿੱਤਾ, ਸਾਨੂੰ ਸੀ ਪਤਾ ਵੀ ਇਹ ਕੌਣ ਨੇ ਜੀ, ਦਿੱਲੀ ਤੇ ਸਾਨੂੰ ਬਹੁਤਾ ਪਤਾ ਨਹੀਂ, ਇਹਦਾ ਚਿਹਰਾ ਵਿਖਾ ਦਿੱਤਾ ਤੁਸੀਂ। ਹੁਣ ਦੇਖੋ ਦੂਰ ਕੀ ਜਾਣਾ, ਪ੍ਰਕਾਸ਼ ਸਿੰਘ ਬਾਦਲ ਨੇ 1982 ਚ ਏਸ਼ੀਅਨ ਗੇਮਸ ਚ, ਜੇ ਮੈਂ ਭੁੱਲਦਾ ਨਾ ਹੋਵਾਂ, ਤੇ 25 ਸੰਵਿਧਾਨ ਦੀ ਧਾਰਾ ਸਾੜੀ ਸੀ ਉੱਥੇ ਆ ਕੇ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਹੀ ਮੁੜ ਕੇ ਬੋਲੇ ਇਸ ਸੰਬੰਧ ਚ ਜੀ 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 ਜੀ। ਇਹਦੇ ਤੇ ਸਰਬੱਤ ਖਾਲਸਾ ਬੁਲਾਉਣ ਦੀ ਕੀ ਲੋੜ ਆ, ਇਹਦੇ ਚ ਕਿਸੇ ਨੂੰ ਭੁਲੇਖਾ ਕੋਈ? ਰਾਈਟ, ਇਹ ਤੇ ਬੜਾ ਟੇਢਾ ਵਲ ਪਾਉਣਾ ਵੀ ਇਸ ਰਾਹ ਤੋਂ ਸਿੱਧੇ ਜਾਣਾ ਤੁਸੀਂ ਜੀ ਉੱਥੋਂ ਦੀ ਹੋ ਕੇ ਆਓ, ਉਹਦੀ ਲੋੜ ਹੀ ਕੋਈ ਨਹੀਂ। ਹਾਂਜੀ,
ਇਹ ਵਿਚਾਰੇ ਕੀ ਕਰਨ ਜੋਗੇ ਆ, ਚਲੋ ਤੁਸੀਂ ਇਹਨਾਂ ਦਾ ਚਿਹਰਾ ਜਿਹੜਾ ਸਾਰੀ ਦੁਨੀਆ ਨੂੰ ਵਿਖਾਲਤਾ। ਗੁੱਡ ਜਾਬ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ ਤੁਹਾਡੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਮੈਂ ਜਿਹੜੇ ਕਾਲਰਸ ਨੂੰ ਲੈ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ। ਹਾਂਜੀ ਹਰਵੀਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਜ਼ਰੂਰ ਸੁਣਨਾ ਚਾਹੁੰਦਾ, ਲੇਕਿਨ ਮੈਨੂੰ ਇੱਥੇ ਸਮਾਂ ਜਿਹੜਾ ਇਜਾਜ਼ਤ ਇੱਕ ਬ੍ਰੇਕ ਲਈ ਰਹਿ ਰਿਹਾ, ਤੁਸੀਂ ਫੋਨ ਨਾ ਕੱਟਿਓ, ਮੈਂ ਤੁਹਾਨੂੰ ਬ੍ਰੇਕ ਤੋਂ ਬਾਅਦ ਜ਼ਰੂਰ ਲਵਾਂਗਾ ਔਰ ਤੁਹਾਡੇ ਵਿਚਾਰ ਸੁਣਾਂਗਾ। ਫਿਲਹਾਲ ਰੁਕ ਰਿਹਾ। ਓਕੇ, ਨੋ ਪ੍ਰੋਬਲਮ। ਓਕੇ, ਥੈਂਕ ਯੂ। ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਲਗਾਤਾਰ ਸਾਡੇ ਨਾਲ ਕਾਲਰਸ ਜੁੜੇ ਹੋਏ ਹਨ, ਉਹਨਾਂ ਦੀ ਕਾਲਸ ਵੀ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਕੈਲੀਫੋਰਨੀਆ ਤੋਂ ਬੋਲਦਾ ਹਰਦੀਪ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਰਪੀ ਸਿੰਘ ਨੂੰ ਲਿਆਂਦਾ ਸੀ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਸਿੱਖ ਕਿੱਦਾਂ ਸਰਬੱਤ ਖਾਲਸੇ ਦੇ ਇਕੱਠੇ ਹੋ ਸਕਦੇ ਆ। ਰਾਈਟ, ਇਹਨੇ ਤਾਂ ਪਹਿਲਾਂ ਹੀ ਆਪਣੇ ਵਿੱਚ ਵੰਡੀਆਂ ਪਾਈ ਗਈਆਂ ਇੱਕ ਦੂਜੇ ਨੂੰ ਜੀ, ਵੰਡ ਪਾ ਕੇ ਤੇ ਵੱਖਰੇ ਕੀਤਾ ਆ, ਤੇ ਹੁਣ ਜਿਹੜੇ ਹੈਗੇ ਆ ਸੰਘ ਵਾਲੇ ਆ ਉਹ ਉਹ ਇਹੀ ਕਹੀ ਜਾਂਦੇ ਹੈ ਹੀ ਕੋਈ ਨੀ, ਹੋਰ ਹਿੰਦੂ ਹੀ ਆ ਸਾਰੇ ਜੀ 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 ਜੀ। ਤੁਹਾਨੂੰ ਪਤਾ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਪਿੱਛੇ ਬਿਆਨ ਦਿੱਤਾ ਸੀ, ਉਹ ਕਹਿੰਦਾ ਵੀ ਸਿੱਖ ਮਹਿਫੂਜ਼ ਹੈ ਨੀ ਇੱਥੇ ਆਪਣੇ ਹਿੰਦੁਸਤਾਨ ਚ ਵੀ ਜੀ ਜੀ ਜੀ। ਬਾਕੀ ਜੇ ਹੁਣ ਜਿਹੜਾ ਚੱਲਦਾ ਸਿੱਖਾਂ ਦਾ ਜਿਹੜਾ ਗੁਰਦੁਆਰੇ ਢਾਈ ਜਾਂਦੇ ਆ ਹਰੇਕ ਜਗ੍ਹਾ ਤੇ, ਜਾਂ ਉੱਥੇ ਆਪਣੇ ਹੈਗੇ ਗੁਜਰਾਤ ਦੇ ਵਿੱਚ ਕੱਛ ਦੇ ਵਿੱਚ ਸਿੱਖ ਆ, ਉਹਨਾਂ ਦਾ ਕੀ ਇਹ ਉਹਨੂੰ ਜਾਣਨ ਤੇ ਲੱਗੇ ਆ, ਕਹਿੰਦੇ ਸਿੱਖਾਂ ਦਾ ਅਸੀਂ ਕਰ ਰਹੇ ਸੀ। ਬਿਲਕੁਲ ਬਿਲਕੁਲ। ਵਿਚਾਰ ਕਰਨਾ ਬਣਦਾ ਤੇ ਕੋਸ਼ਿਸ਼ ਸਾਡੀ ਵੀ ਹੁੰਦੀ ਕਿ ਅਸੀਂ ਉਹਨਾਂ ਨੂੰ ਇਸ ਮੰਚ ਦੇ ਉੱਤੇ ਜ਼ਰੂਰ ਲੈ ਕੇ ਆਈਏ। ਜਿਵੇਂ ਕਿ ਅੱਜ ਆਰਪੀ ਸਿੰਘ ਆਏ, ਸਿੱਧਾ ਸਵਾਲ ਬਣਦਾ ਕਿ ਤੁਸੀਂ ਮੈਜੋਰਟੀ ਦੇ ਵਿੱਚ ਹੋ, ਰਾਜ ਸਭਾ ਦੇ ਵਿੱਚ ਤੁਸੀਂ ਹੈਗੇ ਹੋ, ਤੁਸੀਂ ਲੋਕ ਸਭਾ ਦੇ ਵਿੱਚ ਤੁਸੀਂ ਹੈਗੇ ਹੋ, ਜਿੱਥੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਿਨੋਰਟੀ ਕਮਿਸ਼ਨ ਦੇ ਅੱਗੇ ਬਕਾਇਦਾ ਸਟੈਂਪ ਲਗਵਾਈ ਹੈ ਅਤੇ ਸੈਪਰੇਟ ਰਿਲੀਜਨ ਅਤੇ ਡਿਫਰੈਂਟ ਪ੍ਰੈਕਟਿਸ ਜਿਹੜੀ ਹੈ ਉਹ ਅਸੀਂ ਗੱਲ ਕਹੀ ਹੈ, ਤਾਂ ਕਿਉਂ ਨਹੀਂ ਫਿਰ ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇਸ ਗੱਲ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਅਮੈਂਡਮੈਂਟ ਕਰਵਾਈ ਜਾਂਦੀ ਹੈ? ਯਾਦ ਹੈ ਕਿ ਜਦ ਅੱਜ ਤੋਂ ਲਗਭਗ 2 ਸਾਲ ਪਹਿਲਾਂ ਇੱਕ ਵੱਡਾ ਪ੍ਰੋਗਰਾਮ ਦਿੱਲੀ ਦੇ ਵਿੱਚ ਤਾਲਕਟੋਰਾ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਸੀਗਾ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਬਕਾਇਦਾ ਕਈ ਹੋਰ ਸਾਰੀ ਸਿੱਖ ਔਰਗਨਾਈਜੇਸ਼ਨ ਵੱਲੋਂ ਉਸ ਪ੍ਰੋਗਰਾਮ ਦਾ ਬਾਈਕਾਟ ਕੀਤਾ ਗਿਆ ਸੀਗਾ। ਲੇਕਿਨ ਕਈ ਸਾਰੀਆਂ ਸੰਪਰਦਾਵਾਂ ਅਤੇ ਸੰਸਥਾ ਉਸ RSS ਦੇ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਵੀ ਸਨ, ਜਿਨ੍ਹਾਂ ਨੂੰ ਹੱਲਾਸ਼ੇਰੀ RSS ਵੱਲੋਂ ਦਿੱਤੀ ਜਾਂਦੀ ਹੈ। ਮੈਂ ਉਸ ਗੱਲ ਨੂੰ ਇਸ ਕਰਕੇ ਮੈਚ ਕਰਦਾ ਕਿ ਜਦ ਵਾਰ ਵਾਰ ਆਰਪੀ ਸਿੰਘ ਜੀ ਕਹਿ ਰਹੇ ਸੀ ਕਿ ਸਾਰੀ ਸੰਪਰਦਾਵਾਂ ਨੂੰ, ਸਾਰੀ ਜਮਾਤਾਂ ਨੂੰ, ਸਾਰੀ ਔਰਗਨਾਈਜੇਸ਼ਨਾਂ ਨੂੰ ਇਕੱਠਾ ਕਰੋ, ਤਾਂ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਕਿਹੜੀ ਔਰਗਨਾਈਜੇਸ਼ਨ ਸਾਡੇ ਵਿੱਚ ਆਲਰੇਡੀ ਵੜ ਚੁੱਕੀ ਹੈ। ਕਿ ਕਈ ਸਾਰੇ ਦਰਸ਼ਕਾਂ ਨੇ ਵੀ ਇਸ ਗੱਲ ਨੂੰ ਸਮਝਿਆ ਔਰ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਜਿਸ ਤੋਂ ਬਚਣ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਅੱਜ ਇਸ ਮੰਚ ਦੇ ਉੱਤੇ ਆ ਕੇ ਖੁਦ ਆਪ ਆਰਪੀ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਕੱਠੇ ਹੋਵੋ। ਉਹਨਾਂ ਨੂੰ ਪਤਾ ਹੈ ਕਿ ਅਸੀਂ ਆਲਰੇਡੀ ਇੱਕ ਅਜਿਹੀ ਸੰਸਥਾ ਜਿਹਨੂੰ ਅਸੀਂ RSS ਕਹਿੰਦੇ ਹਾਂ ਉਹ ਆਲਰੇਡੀ ਵੜ ਚੁੱਕੀ ਹੈ ਸਾਡੇ ਸਿੱਖਾਂ ਦੇ ਵਿੱਚ, ਔਰ ਡਿਵਾਈਡ ਐਂਡ ਰੂਲ ਦੀ ਪੋਲਿਸੀ ਖੇਡ ਕੇ ਉਹ ਇਕੱਠਾ ਸਾਨੂੰ ਨਹੀਂ ਹੋਣ ਦਿੰਦੀ। ਅਤੇ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਕਿਹੜੇ ਬੰਦੇ ਹਨ ਸਾਡੇ ਨਾਲ ਹੀ ਉੱਠ ਕੇ ਬੈਠ ਕੇ ਸਾਡੇ ਨਾਲ ਸਾਡੀ ਗੱਲ ਕਰਕੇ ਫਿਰ ਸਾਡੇ ਹੀ ਪਿੱਠ ਪਿੱਛੇ ਸਾਡੀ ਪਵਾੜ ਪਵਾਉਂਦੇ ਹਨ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ। ਦੂਜੀ ਗੱਲ, ਜਿਵੇਂ ਇਹਨਾਂ ਨੇ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਆਰਟੀਕਲ 25B ਦੇ ਵਿੱਚ ਸੰਸ਼ੋਧਨ ਹੋਵੇ, ਲੇਕਿਨ BJP ਦੇ ਨਾਲ ਭਾਈਵਾਲ ਬਣਾਈ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਵੀ ਆਪਣਾ ਸਟੈਂਡ ਆਰਟੀਕਲ 25B ਨੂੰ ਲੈ ਕੇ ਪੂਰਾ ਨਹੀਂ ਕੀਤਾ ਨਾ ਸਾਹਮਣੇ ਰੱਖਿਆ। ਝੋਲੀ 'ਚ ਜ਼ਰੂਰ ਬੈਠੇ ਹੋਏ ਹਨ ਜਾ ਕੇ BJP ਦੀ ਲੰਬੇ ਸਮੇਂ ਤੋਂ, ਲੇਕਿਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਿੰਦੀ ਹੈ, ਉੱਥੇ ਮੈਂ ਗੱਲ ਜ਼ਰੂਰ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੀ ਇਸ ਬਿਆਨ ਨੂੰ ਅੱਗੇ ਨਹੀਂ ਰੱਖਿਆ, ਕਦੀ ਵੀ ਇਸ ਇਸ਼ੂ ਦੇ ਉੱਤੇ ਡਿਬੇਟ ਨਹੀਂ ਹੋਈ। ਕਦੀ ਵੀ ਅਗਰ ਇਹ ਇਸ਼ੂ ਉੱਠਦਾ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਮੀਡੀਆ ਦੇ ਵਿੱਚ ਬਕਾਇਦਾ ਇੰਡੀਆ ਦੇ ਵਿੱਚ ਜ਼ਰੂਰ ਕੀਤੀ ਜਾਂਦੀ ਹੈ, ਲੇਕਿਨ ਜਸ ਪੰਜਾਬੀ ਹਮੇਸ਼ਾ ਆਪਣੀ ਆਵਾਜ਼ ਨੂੰ ਔਰ ਆਪਣੇ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਇਹਨੂੰ ਚੱਕਦੀ ਰਹੇਗੀ।
ਭਾਵੇਂ ਸਾਨੂੰ ਵੱਖ ਵੱਖ ਪੈਰੋਕਾਰਾਂ ਨੂੰ ਵੀ ਇਸ ਮੰਚ ਦੇ ਉੱਤੇ ਬੁਲਾਉਣਾ ਪਵੇ, ਫਿਰ ਵੀ ਅਸੀਂ ਬੁਲਾਵਾਂਗੇ। ਬੰਦੀ ਸਿੰਘਾਂ ਦੀ ਰਿਹਾਈ ਔਰ ਆਰਟੀਕਲ 25 ਵੀ ਔਰ ਘੱਟ ਗਿਣਤੀਆਂ ਦੇ ਵਿੱਚ ਬਕਾਇਦਾ ਸਿੱਖਾਂ ਦੇ ਵਿੱਚ ਕੌਨਫੀਡੈਂਸ ਲੈਵਲ ਪੈਦਾ ਕਿਵੇਂ ਹੋਏਗਾ, ਇੱਕ ਇਹ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਇੰਡੀਆ ਦੇ ਵਿੱਚ ਉਹਨਾਂ ਸਾਰੇ ਸਿਆਸਤਦਾਨਾਂ ਨੂੰ ਅਸੀਂ ਜ਼ਰੂਰ ਪੁੱਛਦੇ ਵੀ ਰਹਾਂਗੇ। ਆਰ ਪੀ ਸਿੰਘ ਵਰਗੇ ਕਈ ਹੋਰ ਸਾਰੇ ਸਿਆਸਤਦਾਨ ਹਨ ਜੋ ਕਿ ਸਿੱਖਾਂ ਦੀ ਅਗਵਾਈ ਕਰਦੇ ਹਨ, ਆਪਣੇ ਆਪ ਨੂੰ ਉਹ BJP ਦੇ ਆਗੂ ਕਹਿੰਦੇ ਹਨ ਔਰ ਕਈ ਸਾਰੇ ਇਸ਼ੂ ਦੇ ਉੱਤੇ ਉਹ ਬੋਲਦੇ ਵੀ ਹਨ। ਭਾਵੇਂ ਹੁਣ ਸਿੱਖਾਂ ਦੇ ਆਗੂ ਮਨਜੀਤ ਸਿੰਘ GK ਹੋਣ, ਮਨਜਿੰਦਰ ਸਿੰਘ ਸਿਰਸਾ ਹੋਣ, ਭਾਵੇਂ ਕਈ ਹੋਰ ਵੀ ਲੀਡਰ ਦਿੱਲੀ ਦੇ ਵਿੱਚ ਹੋਣ, ਜਦ ਗੱਲ SGPC ਦੀ ਆਉਂਦੀ ਹੈ ਤਾਂ ਭਾਵੇਂ SGPC ਦੇ ਪ੍ਰਧਾਨ ਹੋਣ, ਚਾਹੇ ਹੋਰ ਸੰਸਥਾ ਹੋਏ, ਉਹਨਾਂ ਨੂੰ ਲਿਆ ਕੇ ਇਸ ਗੱਲ ਦੇ ਉੱਤੇ ਜ਼ਰੂਰ ਮਤਾ ਪਵਾ ਕੇ ਅੱਜ ਅਸੀਂ ਤੁਹਾਨੂੰ ਜ਼ਰੂਰ ਇਸ ਗੱਲ ਨੂੰ ਕਹਿੰਦੇ ਹਾਂ ਕਿ ਅਸੀਂ ਪ੍ਰੋਮਿਸ ਕਰਦੇ ਹਾਂ ਤੁਹਾਨੂੰ ਕਿ ਜਸ ਪੰਜਾਬੀ ਇਸ ਮੰਚ ਦੇ ਉੱਤੇ ਸਾਰੇ ਸਿਆਸਤਦਾਨਾਂ ਨੂੰ ਇਕੱਠਾ ਕਰਕੇ ਆਰਪੀ ਸਿੰਘ ਨੂੰ ਮੁੜ ਤੋਂ ਲਿਆਵੇਗਾ ਔਰ ਕਹੇਗਾ ਕਿ ਇਹ ਜਿਹੜੇ ਅੱਜ ਪੈਰੋਕਾਰ ਇਸ ਮੰਚ ਦੇ ਉੱਤੇ ਆਏ ਹਨ, ਇਹ ਕੌਮ ਦੇ ਪਿਲਰ ਹਨ, ਅੱਜ ਸਾਰਿਆਂ ਨੇ ਇਕੱਠਾ ਮਤਾ ਪਾਸ ਕੀਤਾ, ਹੁਣ ਦੱਸੋ ਆਰਟੀਕਲ 25B ਕਿੱਥੇ ਸਟੈਂਡ ਕਰਦਾ। ਜਿੱਥੇ ਆਰਪੀ ਸਿੰਘ ਨੇ ਕਿਹਾ ਕਿ ਮੋਦੀ ਜੀ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਿੱਖ ਇੱਕ ਡਿਫਰੈਂਟ ਰਿਲੀਜਨ ਹੈ, ਸੈਪਰੇਟ ਰਿਲੀਜਨ ਹੈ ਔਰ ਇਹਨਾਂ ਦੀ ਡਿਫਰੈਂਟ ਪ੍ਰੈਕਟਿਸ ਹੈ, ਅਤੇ ਉੱਥੇ ਮੈਂ ਵੀ ਇਸ ਗੱਲ ਨੂੰ ਮੰਨਣਾ। ਲੇਕਿਨ ਜਦ ਸਵਾਲ ਕੀਤੇ ਗਏ ਤਾਂ ਤੁਹਾਡੇ ਸਾਹਮਣੇ ਹੀ ਹੈ ਕਿਵੇਂ ਉਹਨਾਂ ਨੇ ਇਸ ਗੱਲ ਤੋਂ ਪੱਲਾ ਝਾੜ ਲਿਆ ਅਤੇ ਕਿਹਾ ਕਿ ਸਿੱਖਾਂ ਨੂੰ ਇਕੱਠਾ ਕਰੋ। ਬੇਨਤੀ ਸਿਰਫ ਇੱਕ ਇਹ ਹੀ ਹੈਗੀ ਹੈ ਕਿ ਜਿੱਥੇ ਅੱਜ ਅਸੀਂ ਗੁਰਦੁਆਰੇ ਸਾਹਿਬਾਨਾਂ ਦਾ ਨਿਰਮਾਣ ਕਰ ਰਹੇ ਹਾਂ, ਅਸੀਂ ਮੈਨੇਜਮੈਂਟ ਦਾ ਹਿੱਸਾ ਵੀ ਬਣ ਰਹੇ ਹਾਂ, ਅਸੀਂ ਗੁਰਦੁਆਰੇ ਨੂੰ ਔਰ ਗੁਰਦੁਆਰੇ ਦੇ ਵਿੱਚ ਕਿਸ ਤਰੀਕੇ ਦੇ ਕੰਮ ਹੋਣੇ ਚਾਹੀਦੇ ਹਨ ਉਹਨੂੰ ਅੱਗੇ ਲਿਜਾ ਰਹੇ ਹਾਂ, ਆਪਣੇ ਰਿਕੋਗਨੀਸ਼ਨ ਕਰਾ ਰਹੇ ਹਾਂ। ਸਾਨੂੰ ਲੋੜ ਹੈਗੀ ਆ ਉਹਨਾਂ ਤਾਕਤਾਂ ਤੋਂ ਵੀ ਬਚਣ ਦੀ ਜੋ ਸਾਡੇ ਗੁਰਦੁਆਰੇ ਸਾਹਿਬਾਨ ਦੇ ਵਿੱਚ ਆ ਕੇ ਹੀ ਨਤਮਸਤਕ ਹੋ ਕੇ ਸਾਨੂੰ ਹੀ ਡਿਵਾਈਡ ਕਰ ਰਹੇ ਹਨ। ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ ਹਨ ਲੇਕਿਨ ਮੈਂ ਉਹਨਾਂ ਦੀ ਕਾਲਸ ਨਹੀਂ ਲੈ ਸਕਦਾ। ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਕਮੈਂਟਸ ਭੇਜ ਸਕਦੇ ਹੋ harkirat@justbroadcasting.com, info@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ, ਮਿਲਾਂਗੇ ਨੈਕਸਟ ਵੀਕ, ਲਿਆਵਾਂਗੇ ਇਸ ਮੰਚ ਦੇ ਉੱਤੇ ਕੋਈ ਅਜਿਹਾ ਮਸਲਾ ਜੋ ਕਿ ਬਣੇਗਾ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ਼੍ਰੀ ਅਕਾਲ।